قاضی ہے۔ نعرہ بولو، نعرہ تکبیر، اللہ اکبر، نعرہ رسالت، یا رسول اللہ، محمد کا جلالہ ہے نبی۔ جوان پوچھے 18 سال عمر، جان جی کا چلو تیس زندگی پر آج کی وجہ تو اللہ نیاز حسین میرے علاج اسپتال کا موقع نے ڈاکٹر جواب دیتا ہے کہ معاف کرے گا حسین کا سب کیا پیسے سے کس کا میں ملا کے امداد کے لیے دعا جان دے دے پر حسین کا لا کے نے دو لوگوں کا ضرور حجت ہے خدا۔ بسم اللہ الرحمن الرحیم، اللهم کن ولی کل حجات ابن الحسن صلوات و علیہ و آبائی فی عز ذات و فی کل ساعت انزاد لیلی ونار ولیاں وحافظاں وقائداں وناصراں ودلیلاں بیناں حتی تسکنہو ورزقاتوں وتمتعہو فیہا طویلا۔ یا رب محمد وآل محمد صلی علی محمد وآل محمد واجل فرجا آل محمد جی صلوات۔ کہا ملنگ سے ایک نا مراد ملا نے، وقت ضائع نہیں کیتا، بغیر کسی وقفے دے حسین کا ذکر شروع، آل محمد دی نوکری شروع، امام حسین دا ذکر اے، کس بندے دا محتاج نہیں، بانی دی حیثیت نال مالک ذکر دا صدقہ بانیان دی توفیقات دی اضافہ عطا فرمائے، حیدر بھائی نو مالک حیاتی علا وارث عطا فرمائے، اور جڑے بے اولادن مالک اولادن رینا عطا فرماوے، ملتان دی دھرتی زرخیز دھرتی عزاداری دی بغیر کسی وقفے دے گل میں شروع کی تھی۔ کہا ملنگ سے ایک نام مراد ملا نے، سطر اگلی ہے جی امتحان ہے تھی ٹر پہ تو اگلی سطر آکھاں۔ کہا ملنگ سے، بھائی جان میرے لکھے جی، کہا ملنگ سے ایک نام مراد ملا نے، کیا وہاں کی چیز یہاں بیچے قاعدہ کیا ہے۔ صدقے جاواں۔ کہا ملنگ سے اکنا مراد ملا نے، وہاں کی چیز جہاں بیچے قاعدہ کیا ہے۔ وہاں کی چیز یہاں، کتنی قیمت دیں دے اگلی سطر رکھا، وہاں کی چیز یہاں بیچے قاعدہ کیا ہے۔ ملنگ بولا اگر اتنا بھی اختیار نہیں، درے بطول پہ جھکنے کا فائدہ کیا۔ ہاتھ اونچے مل کے حیدری علی علی کہا ملنگ سے ایک نام مراد ملا نے، وہاں کی چیز یہاں بیچے قاعدہ کیا ہے۔ ملنگ بولا اگر اتنا بھی اختیار نہیں، درِ بطول پہ جھکنے کا فائدہ۔ ملی نغمے مینوں آمدے نہیں، دمنا مین ضرورت ہے، میں حسین دا ذاکر، یہ سچیاں دا ممبر، دو ترے دیہاڑے پہلے ہر پاسے خوشی منائی گئی ہے، دو ترے دیہاڑے پہلے مزمل میرے بادشاہ علی دی شادی ہے، ہاں جی ہے جی، ملتان علیو میرے مرشد علی دی شادی ہے۔ جڑے بندے چپ کر گئے ہو تو اڈا کچھ نہیں لگتا، علی میں پیا دامی میرے مرشد علی دی شادی، تسی بھی بولو بھی ساڑے بھی مرشد علی دی شادی ہے، ساڑے سارے اندے بادشاہ علی دی شادی ہے۔
ਜਿਹੜਾ ਬੰਦਾ ਅਲੀ ਦੀ ਸ਼ਾਦੀ 'ਤੇ ਨਹੀਂ ਬੋਲਦਾ ਉਹ ਆਪਣੇ ਲੱਗਦੇ ਦੀ ਸ਼ਾਦੀ 'ਤੇ ਭੁੱਖਾ ਰਹਿੰਦਾ। ਮੈਂ ਸੱਚੀ ਗੱਲ ਕਰ ਰਿਹਾ ਇਹ ਆ ਕਿ ਜਿਤਨੇ ਜਵਾਨ ਬੈਠੇ ਹੋ ਮਾਲਕ ਤੁਹਾਨੂੰ ਸਿਹਰੇ ਨਸੀਬ ਫਰਮਾਵੇ, ਅਤੇ ਤੁਸੀਂ ਜ਼ਰਾ ਜਲਦੀ ਔਰ ਜ਼ਿਆਦਾ ਬੋਲਿਆ ਜੇ। ਮੈਂ ਜਿੱਥੇ ਪਹਿਲੀ ਮਜਲਿਸ ਸੀ ਸੁਬਾ ਪੜ੍ਹੀ ਹੈ ਸ਼ੁਜਾਤਪੁਰ, ਇੱਕੋ ਇੱਕੋ ਕਸੀਦਾ ਪੜ੍ਹਿਆ। ਮਿੰਬਰ 'ਤੇ ਖੜ੍ਹਾ, ਬਾਦਸ਼ਾਹ ਦੀ ਨਗਰੀ ਮੌਜੂਦ ਹੈ, ਬਾਦਸ਼ਾਹ ਦਾ ਦਰਬਾਰ ਹੈ, ਫਕੀਰ ਦੀ ਨਗਰੀ 'ਚ ਹਾਂ। ਇੱਕੋ ਕਸੀਦਾ, ਹੱਥ ਖੋਲੀ ਬਾਈ, ਮੈਂ ਮੁੜ ਮੁੜ ਤੇਰੇ ਲਫੇ ਵੇਦਾਂ, ਇੱਕੋ ਹੀ ਕਸੀਦਾ ਪੜ੍ਹਿਆ, ਉੱਤੇ ਮੈਂ ਨਾ ਪੜ੍ਹਿਆ ਨਾ ਮੈਨੂੰ ਕਿਸੇ ਪੜ੍ਹਨ ਦਿੱਤਾ। ਅੱਜ ਮੁਲਤਾਨ ਦੇ ਇਮਤਿਹਾਨ ਲਈ ਲਫ਼ਜ਼ ਮੇਰੇ 'ਤੇ ਗੌਰ ਕਰੇ। ਰੋਸ਼ਨ ਹੋਏ ਅੱਜ ਦੋ ਜਹਾਂ, ਖੁਸ਼ ਹਿਲ ਜ਼ਮੀਨੋਂ ਆਸਮਾਂ, ਅੱਜ ਅਰਸ਼ੀਆਂ ਤੇ ਫਰਸ਼ੀਆਂ ਦੇ ਪੀਰ ਦੀ ਸ਼ਾਦੀ ਮੁਬਾਰਕ ਹੋ। ਰੋਸ਼ਨ ਹੋਏ ਅੱਜ ਦੋ ਜਹਾਂ, ਜਿਹੜੇ ਬਾਹਰ ਖੜੇ ਹੋ, ਖੁਸ਼ ਹਿਲ ਜ਼ਮੀਨੋਂ ਆਸਮਾਂ, ਮੇਰੇ ਵੇਖਿਆ ਅੱਜ ਅਰਸ਼ੀਆਂ ਤੇ ਫਰਸ਼ੀਆਂ ਦੇ ਪੀਰ ਦੀ ਸ਼ਾਦੀ ਮੁਬਾਰਕ ਹੋ, ਮੁਬਾਰਕ ਹੋ, ਮੁਬਾਰਕ ਹੋ, ਮੁਬਾਰਕ ਹੋ। ਕੋਈ ਬੈਠਾ ਸੋਚਦਾ ਹੋਵੇ, ਕੋਈ ਸੁਣੀ ਪਹਿਲੀ ਵਾਰੀ ਮਜਲੇ 'ਤੇ ਜਾ ਕੇ ਸੋਚੇ ਕਹਿੰਦੀ ਸ਼ਾਦੀ ਹੈ, ਦੱਸ ਜਾਵਾਂ। ਦੁਲਾ ਅਲੀ ਲਜਪਾਲੇ, ਦੁਲਹਨ ਬੁਲੰਦੀ ਖਬਾਲੇ, ਦੁਲਹਨ ਬੁਲੰਦੀ ਖਬਾਲੇ, ਅੱਜ ਕੁੱਲ ਕਫਾ ਦੇ ਨਾਲੇ, ਤਤਹੀਰ ਦੀ ਸ਼ਾਦੀ ਮੁਬਾਰਕ ਹੋ। ਦੁਲਹਨ ਬੁਲੰਦੀ ਕਬਾਲੇ, ਅੱਜ ਕੁੱਲ ਕਫਾ ਦੇ ਨਾਲ ਹੈ ਤਤਹੀਰ ਦੀ ਸ਼ਾਦੀ। ਰਾਜ ਖੋਲ ਜਾਵਾਂ, ਰਾਜ਼ ਇੱਕ ਰਾਜ਼ ਖੋਲਾਂ, ਔਰ ਖੋਲਾਂ ਵੀ ਮੁਲਤਾਨ 'ਚ, ਕਿਉਂਕਿ ਸ਼ੁਜਾਬਾਦ ਮੁਲਤਾਨ ਜਲਾਲਪੁਰ ਪੀਰ ਵਾਲਾ ਇੱਕ ਹੀ ਬਾਤ ਹੈ, ਇੰਝ ਹੀ ਬਾਤ ਹੈ ਜੀ। ਮੇਰੇ ਸਾਰਿਆਂ ਦੀ ਡਿਵੀਜ਼ਨ ਮੁਲਤਾਨ ਹੀ ਹੈ ਨਾ ਬੱਚਿਆ, ਤੁਹਾਡੀ ਡਿਵੀਜ਼ਨ ਹੀ ਮੁਲਤਾਨ ਹੈ ਬਿਲਕੁਲ, ਜੋ ਜਲਾਲਪੁਰ ਦਾ ਵਤਨ ਹੈ, ਇਸ ਲਈ ਇਹਨੂੰ ਪੁੱਛਿਆ ਵੀ ਤੇਰੀ ਡਿਵੀਜ਼ਨ ਹੀ ਮੁਲਤਾਨ ਹੀ ਹੈ। ਸਾਰਿਆਂ ਡਿਵੀਜ਼ਨ ਮੁਲਤਾਨ, ਮੇਰੀ ਆਪਣੀ ਡਿਵੀਜ਼ਨ ਮੁਲਤਾਨ, ਮੈਂ ਆਪਣੇ ਵਤਨ 'ਚ ਪਿਪੜਦਾ ਨਹੀਂ ਮਰਦਾ ਤੁੱਬਾ ਵੇ, ਅਤੇ ਮੈਂ ਅਗਲੀ ਸਤਰ ਪੜ੍ਹਾਂ। ਇੱਕ ਰਾਜ਼ ਖੋਲ੍ਹਾਂ, ਜਿਹੜਾ ਬੋਲ ਸਕੇ ਉਹ ਬੋਲੇ, ਜਿਹੜਾ ਨਾ ਬੋਲ ਸਕੇ ਉਹ ਹੱਲੇ। ਮੈਨੂੰ ਪਤਾ ਲੱਗੇ ਮਜਲਿਸ 'ਚ ਹਾਜ਼ਰ ਹੈ, ਗੱਲ 'ਤੇ ਗੌਰ ਕਰੇ। ਮੈਂ ਪਿਆਦਾ ਖੁਦ ਆਪਣੇ ਖਾਦਾ ਦਾਦ ਦਾ ਹਾ ਫਿਕਰ ਰੱਬ ਦੀ ਦਾਤ ਨੂੰ, ਤਾਂ ਤਾਂ ਹੋਈ ਰਿਸ਼ਤੇ ਦੀ ਗੱਲ ਮੇਰਾ ਜਵਾਲੀ ਰਾਤ ਨੂੰ। ਸ਼ਾਬਾਸ਼ 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 ਜੀ, ਸਦਕੇ ਜਾਵਾਂ ਜੀ, ਹੱਥ ਕਿਸੇ ਨੇ ਮਾਤਾ ਜੀ, ਮੈਂ ਬਿਸਮਿਲਲਾ ਕਰਾਂ, ਜਵਾਨ ਜਵਾਨੋ ਹੱਥ ਉੱਚੇ ਮਿਲ ਕੇ ਬੋਲੋ ਹੈ ਦਰੀ। ਗੁਰਗੋ ਸਾਦਾ ਔਰ ਆਸਾਨ ਬਾਤ, ਬਗੈਰ ਕਿਸੇ ਵਕਫੇ ਦੇ ਬਿਸਮਿਲਲਾ ਕਰੀਏ ਜੀ। ਹੁਣ ਗੱਲ ਮੁੱਕਣੀ ਇੱਥੇ ਆ ਕੇ, ਕਹਿੰਦੀ ਸ਼ਾਦੀ ਕਹਿੰਦੇ ਨਾਲ, ਅਤਰ ਸ਼ਾਹ ਕਹਿੰਦੀ ਸ਼ਾਦੀ ਕਹਿੰਦੇ ਨਾਲ, ਕਹਿੰਦੀ ਸ਼ਾਦੀ ਕਹਿੰਦੇ ਨਾਲ, ਖੁਦ ਆਪਣੇ ਖਾਦਾ ਦਾਦ ਦਾ ਹਾ ਫਿਕਰ ਰੱਬ ਦੀ ਦਾਤ ਨੂੰ, ਤਾਂ ਤਾਂ ਹੋਈ ਰਿਸ਼ਤੇ ਦੀ ਗੱਲ ਮੇਰਾ ਜਵਾਲੀ ਰਾਤ ਨੂੰ, ਹੱਦ ਹੋ ਗਈ ਏ ਕਰਮ ਦੀ ਤਕਦੀਰ ਜਾਗੀ ਹਰਮ ਦੀ, ਕੁੱਲ ਹਮ ਹਯਾਤ ਸ਼ਰਮ ਦੀ ਤਸਵੀਰ ਦੀ ਸ਼ਾਦੀ ਮੁਬਾਰਕ। ਮਿਲ ਕੇ ਬੋਲੋ ਹੈ ਨਰੀ, ਮੁਬਾਰਕ ਹੋ, ਮੁਬਾਰਕ ਹੋ। ਇਹ ਸ਼ੇਰ ਜਿਸ ਵਾਸਤੇ ਕਸੀਦਾ ਮੈਂ ਪੜ੍ਹਿਆ, ਔਰ ਸਰਕਾਰ ਦੇ ਮੈਂਬਰ 'ਤੇ ਖੜ੍ਹਾ, ਬਈ ਮੈਂ ਜਾਣ ਬੁੱਝ ਕੇ ਯਕਮ ਜ਼ੁਲਜਵ ਨੂੰ ਵੀ ਨਹੀਂ ਪੜ੍ਹਿਆ, ਜਾਣ ਬੁੱਝ ਕੇ ਨਹੀਂ ਪੜ੍ਹਿਆ, ਕਿਉਂਕਿ ਹਰ ਬੰਦੇ ਦੀ ਹਰ ਬਾਤ ਹੀ ਨਹੀਂ। ਉਹ ਮੈਂ ਜਿਸ ਜਗ੍ਹਾ 'ਤੇ ਪੜ੍ਹਦਾ ਪਿਆ, ਪਹਿਲਾਂ ਤਾਂ ਉਹਨੂੰ ਪੁੱਛਿਆ ਜੀ ਤਾਂ ਦਿਨ ਕਿਹੜਾ, ਉਹਨਾਂ ਕਿਹਾ ਜੀ ਯਕਮ ਜ਼ੁਲਜਵ।
ਮੈਂ ਕਿਹਾ ਯਾਰ ਦਿਨ ਦੀ ਮੁਨਾਸਬਤ ਕੀ ਹੋਣਾ ਕਰੀ ਯਕਮ ਦਿਲਾ ਜੇ, ਮੈਂ ਕਿਹਾ ਚਲੋ ਤੁਹਾਡੇ ਲਈ ਮੈਂ ਕਸੀਦਾ ਹੀ ਬਦਲ ਦਿੰਦਾ, ਤੁਹਾਡੇ ਲਈ ਯਕਮ ਦਿਲਾ ਜੇ ਅਤੇ ਮੇਰੇ ਲਈ ਵੀ ਯਕਮ ਦਿਲਾ ਜੀ। ਫਿਰ ਮੇਰਾ ਦਿਲ ਕੀਤਾ ਪਰਸੋਂ ਬੂਰੇ ਵਾਲਾ ਮਜਲੇ ਸਹੀ ਬਹੁਤ ਬੜਾ ਜਲਸਾ ਇਮਾਮ ਹੁਸੈਨ ਦਾ ਜ਼ਿਕਰ ਹੋਇਆ, ਜਾਫਰ ਭਾਈ ਗਏ ਹਨ, ਲਾਈਵ ਚੱਲਦੀ ਪਈ, ਉੱਥੇ ਵੀ ਜਾਣ ਬੁੱਝ ਕੇ ਨਹੀਂ ਪੜਿਆ, ਇੱਕੋ ਫਰਦੇ ਸਾਨੀ ਪੜੀ ਦੋ ਵਹਿਣ ਕੀਤੇ ਕਿਉਂਕਿ ਬਾਨੀ ਦੀ ਹੈਸੀਅਤ ਨਾਲ ਆਲਮ। ਅੱਜ ਮੇਰਾ ਦਿਲ ਬਣਿਆ ਇਹਨੂੰ, ਮੈਂ ਆਖਿਆ ਇਹਨਾਂ ਕਿ ਜੇ ਕੀ ਪੜਨਾ ਜੇ ਕੀ ਮੂਡ ਹੈ, ਮੈਂ ਕਿਹਾ ਜੋ ਮੇਰਾ ਦਿਲ ਆ ਗਿਆ ਜੋ ਮੇਰੇ ਸਾਹਮਣੇ ਆ ਗਿਆ, ਮੈਂ ਬਾਦਸ਼ਾਹ ਵਾਂ ਕੇ ਦੁਆ ਮੰਗੀ ਬਾਦਸ਼ਾਹ ਮੇਰੇ ਸਾਹਮਣੇ ਆਪੇ ਸਤਨਾ ਜਨ ਜੋ ਮੇਰੇ ਜੋ ਜੋ ਮੋਹਰ ਲੱਗ ਜਾਏ ਉਹ ਮੈਨੂੰ ਦੱਸੋ ਅਤੇ ਮੈਂ ਉਹ ਪੜ ਛੋੜਾਂ। ਬਾਦਸ਼ਾਹ ਮੈਂ ਇਸੇ 'ਤੇ ਮੋਹਰ ਲਈ ਔਰ ਅੱਜ ਮੈਂ ਇਹੀ ਉੱਪਰ ਪੜਦਾ, ਸ਼ਾਲਾ ਸਮਝਾ ਸਕਾਂ ਵੱਡੇ ਘਰ 'ਚ ਖੁਸ਼ੀ ਹੋਵੇ, ਕੰਮੀ ਆਉਂਦੇ ਨੇ ਉਹ ਕਿਸੇ ਜਗ੍ਹਾ ਦਾ ਕੰਮੀ, ਉਹ ਕਿਸੇ ਜਗ੍ਹਾ ਦਾ ਇਮਰਾਨ ਦੇ ਪੁੱਤਰ ਦੀ ਸ਼ਾਦੀ, ਅੱਗੇ ਆਵਾਜ਼ ਮੈਂ ਤੇਰੇ ਮਜਮੇ ਦਾ ਇਮਤਿਹਾਨ ਲੈ ਕੇ ਜਾ ਰਿਹਾ, ਇਮਰਾਨ ਦੇ ਪੁੱਤਰ ਦੀ ਸ਼ਾਦੀ ਆਇਓ ਮੈਂ ਸਦਕੇ ਜਾਵਾਂ, ਅੱਲਾ ਦੇ ਖਾਨਾ ਦਾਦ ਦੀ ਸ਼ਾਦੀ, ਕੰਮੀ ਕਿੱਥੋਂ ਮੇਰੇ ਵੇਖੀ ਸਰ ਕੰਮੀ ਕਿੱਥੋਂ ਆਏ, 70 ਸਮਝਾ ਗਏ ਹਾਂ। ਔਰ ਜਦੋਂ ਬਰਾਤ ਤੁਰੇ ਖਸੂਸਨ ਜਿਹੜੇ ਦੂਲੇ ਦੇ ਭਰਾ ਆਉਂਦੇ ਨੇ ਜਾਂ ਦੋਸਤ ਆਉਂਦੇ ਨੇ, ਪਹਿਲਾਂ ਬੜੀਆਂ ਦਿੰਦੇ ਨੇ, ਜੇ ਅਗਰ ਕਿਸੇ 100 ਦਿੱਤੇ ਤਾਂ ਨਾਲ ਵੇਖੇ 200 ਮੁੜ 300 ਕੰਮ ਵੱਧਦਾ ਜਾਂਦਾ ਨਾ ਇੱਕ ਦੂਸਰੇ ਦੀ ਸਿਹਤ ਤੋਂ। ਇਹ ਅਲੀ ਦੀ ਸ਼ਾਦੀ ਹੈ, ਇੱਥੇ ਵੇਲਾਂ ਕੈਸੀਆਂ, ਵੇਲਾਂ ਸਮਝਾ ਗਿਆ ਅਤੇ ਮੈਂ ਤਾਂ ਸਮਝਾ ਗਿਆ ਕੰਮੀ ਕਿੱਥੋਂ ਆਏ। ਫਿਰ ਇੱਕ ਰਸਮ ਆਉਂਦੀ ਹੈ ਖਾਰਾ, ਹੈ ਨਾ ਜੀ, ਵਿੱਚ ਖਾਰੇ ਚੜ੍ਹਨਾ ਹੈ ਜੀ, ਮੁਲਤਾਨ ਨਾ ਸਮਝੇ ਤਾਂ ਕੌਣ ਸਮਝੇ, ਇੱਥੇ ਇੱਡੀ ਆਸਾਨ ਤਰੀਕੇ ਨਾਲ ਸਮਝਾਵਾਂ ਅਤੇ ਫਿਰ ਵੀ ਮੁਲਤਾਨ ਵਾਲੇ ਬੰਦੇ ਸਿਰ ਹਿਲਾ ਜਾਣ, ਟੁੱਕਰ ਦਾ ਟੇਸਟ ਜਾਣੇ, ਮਜਲਿਸ 'ਚ ਬਹਿ ਕੇ ਅਲੀ ਦੀ ਸ਼ਾਦੀ 'ਤੇ ਬੋਲਣਾ ਨਾ ਜਾਣੇ, ਉਸ ਬੰਦੇ ਨੂੰ ਬੰਦਾ ਕਿਵੇਂ ਮੰਨਾ। ਗੱਲ 'ਤੇ ਗੌਰ ਕਰ ਮੈਂ ਪਿਆਦਾ, ਕਮੀਆਂ ਦੀ ਜਾਤ ਆ ਗਈ ਕੁੱਲ ਕੌਮ ਜਬਰਾਈਲ ਦੀ, ਖਾਰੇ ਚੜਾਵਣ ਵਾਸਤੇ ਆਈ ਮਸ਼ਕ ਸਲਸਬੀਲ ਦੀ। ਸਦਕੇ 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 ਸਦਕੇ, ਅਜੇ ਤੇ ਵੇਲਾ ਮੌਲੀ ਸਾਹਿਬ ਅਜੇ ਵੇਲਾ ਦੱਸਣੀਆਂ, ਅਜੇ ਮੈਂ ਵੇਲਾ ਦੱਸਣੀਆਂ, ਹੱਥ ਉੱਚੇ ਮਿਲ ਕੇ ਸਾਰੇ ਬੋਲੋ ਹੈਦਰੀ, ਸਦਕੇ ਜਾਵਾਂ ਸਦਕੇ ਜਾਵਾਂ, ਅਜੇ ਤਾਂ ਮੈਂ ਵੇਲਾ ਦੱਸਣੀਆਂ ਮੌਲੀ ਸਾਹਿਬ, ਵੇਲਾ ਦੱਸਣੀਆਂ ਵੇਲਾ, ਜਿਹਨੂੰ ਸਮਝ ਆ ਗਈਆਂ ਜਿੱਥੇ ਯਾਦ ਆਇਆ ਦੁਆ ਕਰ ਸੈਣ, ਕਮੀਆਂ ਦੀ ਜਾਤ ਆ ਗਈ ਕੁੱਲ ਕੌਮ ਜਬਰਾਈਲ ਦੀ, ਖਾਰੇ ਚੜਾਵਣ ਵਾਸਤੇ ਆਈ ਮਸ਼ਕ ਸਲਸਬੀਲ ਦੀ, ਵੇਲਾ ਰਹਿਮਤ ਦੀ ਹੋਈ ਬਰਸਾਤ, ਵੇਲਾਂ ਦੀ ਜਾ ਸਲਵਾਤ, ਹਾਏ 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 ਹਾਏ, ਕੋਈ ਤਾਂ ਸਮਝੀ ਕਰਾਂ ਜੀ ਕਰਾਂ ਜੀ ਕਰਾਂ, ਰਹਿਮਤ ਦੀ ਹੋਈ ਬਰਸਾਤ ਕੋਲੀ ਭਾਈ, ਰਹਿਮਤ ਦੀ ਹੋਈ ਬਰਸਾਤ, ਵੇਲਾਂ ਦੀ ਜਾ ਸਲਵਾਤ, ਕੀਤੀ ਖੁਦਾ ਦੀ ਜ਼ਾਤ, ਅਮੀਰ ਦੀ ਸ਼ਾਦੀ ਮੁਬਾਰਕ ਹੋ। ਸਦਕੇ ਜਾਵਾਂ ਤੁਸੀਂ ਲੱਗੀ ਜਨਾਬ ਦੀ ਰਾਜ਼ੀ ਹੋ, ਅਲੀ ਬਾਦਸ਼ਾਹ ਦੀ ਇੱਜ਼ਤ ਦਾਰ ਦੀਆਂ ਤੁਹਾਨੂੰ ਕਿਸੇ ਦਾ ਮੁਹਤਾਜ ਨਾ, ਬੀਬੀ ਪਾਕ ਤੁਹਾਡਾ ਹਰ ਕਦਮ ਇਬਾਦਤ ਤੇ ਸ਼ੁਮਾਰ ਫਰਮਾਏ, ਇਮਾਮ ਜ਼ਮਾਨਾ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ, ਜਿਤਨੇ ਕਦਮ ਤੁਰੇ ਹੋ। ਅੱਛਾ ਮੈਂ ਪਿੱਛੇ ਉਹਨਾਂ ਦੇ ਕੈਮਰੇ ਉਹ ਸਪੀਕਰ ਵਾਲਾ ਮੈਨੂੰ ਸਮਝ ਨਹੀਂ ਆਉਣ ਦਿੰਦਾ ਮੈਂ ਕੀ ਪੇਪਰ, ਮੈਂ ਕੁਝ ਕਰਨਾ ਵੀ ਯਾਰ ਅਲੱਗ ਜੇ ਜਿੱਥੇ ਕਿੱਥੇ ਬੈਠੇ ਜੇ ਆਵਾਜ਼ ਸੁਣ ਰਹੇ ਤੇਰਾ ਫਿੱਟ ਸੈੱਟ ਔਰ ਟਨਾ ਟਨ ਕਰ ਦੇ, ਤੇਰੀ ਜ਼ਿੰਦਗੀ ਹੋਵੇ ਮਾਲਕ ਤੈਨੂੰ ਸਿਹਤ ਦੇਵੇ। ਸ਼ੁਰੂ ਕਰੀਏ ਜੀ ਬਾਤ, ਬੜੇ ਬੜੇ ਕਸਾਇਦ ਪੜ੍ਹੇ, ਬੜੇ ਬੜੇ ਜ਼ਾਕਰੀਨ, ਬੜੇ ਬੜੇ ਮੌਜੂ ਪੜ੍ਹੇ, ਮੈਂ ਹਰ ਜ਼ਾਕਰ ਦੀ ਜੁੱਤੀ ਦੇ ਧੂੜ ਦੇ ਬਰਾਬਰ ਹਾਂ, ਮੇਰੀ ਆਪਣੀ ਔਕਾਤ ਹੈ, ਮੈਂ ਆਪਣੀ ਮਿਸਾਜ ਨਾਲ ਪੜ੍ਹਨ ਦਾ ਆਦੀ ਹਾਂ, ਮੇਰੀ ਇਸ ਤੋਂ ਵੱਧ ਔਕਾਤ ਹੀ ਨਹੀਂ, ਉਹਦਾ ਜ਼ਾਕਿਰ ਮੈਂ ਨਹੀਂ ਜੇ ਜ਼ਾਕਿਰ ਖੁਦ ਅੱਲਾ ਹੈ। ਮੁਲਤਾਨ ਵਾਲਿਓ ਮੇਰੀ ਫਰਦੇਸਾਨੀ ਤੋਂ ਬਚਾ ਗਿਆ, ਫਰਦੇਸਾਨੀ ਮੈਂ ਕਸੀਦੇ ਪੜ੍ਹਨਾ ਛੋੜ ਦਿੱਤਾ, ਆਪਣੇ ਆਪ 'ਤੇ ਨਹੀਂ ਉਸ ਬਾਦਸ਼ਾਹ ਦੀ ਅਤਾ 'ਤੇ ਫਖਰ ਹੈ, ਮੇਰੀ ਫਰਦੇਸਾਨੀ ਤੋਂ ਬਚਾ ਗਿਆ, ਮੈਂ ਜ਼ਾਕਰੀ 'ਚ ਮਿੰਬਰ 'ਤੇ ਕਸੀਦੇ ਪੜ੍ਹਨਾ ਛੋੜ ਦਿੱਤਾ, ਮੈਂ ਆਸਾਂ ਦੋ ਵਹਿਣ ਕਰ ਸਾਂ ਲੱਗਾ ਜਾ ਸਾ ਜਿਗਰ ਸੰਭਾਲ, ਦੁਨੀਆਂ 'ਤੇ ਬਸ ਸ਼ਰਫ ਮਿਲਿਆ ਹੈ, ਸਜਦੇ ਦੇ ਵਿੱਚ ਮੰਗਿਆ ਹੈ ਅੱਬਾਸ, ਸਜਦੇ ਦੇ ਵਿੱਚ ਮੰਗਿਆ ਹੈ
ابو جلال جلال دار ਅੱਖ ਦੁਨੀਆ ਤੇ ਬਸੇ ਸ਼ਰਫ ਮਿਲਿਆ ਹੈ ਬਚਨ ਦੁਨੀਆ ਤੇ ਬਸੇ ਸ਼ਰਫ ਮਿਲਿਆ ਹੈ ਬਚਨ ਜਿਹਦੇ ਨਮਾਲਾ ਦੇ ਵਿੱਚ ਨਜ਼ਰ ਆਉਂਦਾ ਬੀਬੀ ਸਜਦੇ ਦੇ ਵਿੱਚ ਮੰਗਿਆ ਹੈ ਬਚਨ ਬੀਬੀ ਸਜਦੇ ਦੇ ਵਿੱਚ ਮੰਗਿਆ ਹੈ ਅੱਬਾਸ ਨੂੰ ਬਿਸਮਿਲ੍ਲਾ ਕਰਾ ਅੱਛਾ ਦਰਾਜ ਹੋਵੇ ਊਂ ਬੀਬੀ ਸਜਦੇ ਦੇ ਵਿੱਚ ਮੰਗਿਆ ਹੈ ਬਚਨ ਬੀਬੀ ਸਜਦੇ ਦੇ ਵਿੱਚ ਮੰਗਿਆ ਹੈ ਸ਼ਬਾਨ ਸ਼ੇਰ ਸੁਣੀ ਸ਼ੇਰ ਸੁਣੀ ਸ਼ੇਰ ਸੁਣੀ ਬਾਦਸ਼ਾਹ ਮੈਨੂੰ ਤਾਕਤ ਦੀ ਮੈਂ ਸਮਝਾਵਾਂ ਇਹਨਾਂ ਨੂੰ ਤਾਕਤ ਦੀ ਸਮਝਾ ਚਾਰ ਸ਼ਬਾਨ ਅੱਬਾਸ ਬਾਦਸ਼ਾਹ ਦੀ ਅਮਦ ਵੱਡੇ ਘਰ 'ਚ ਪੁੱਤਰ ਜੰਮੇ ਤੇ ਕੰਮੀ ਮੰਗਣ ਆਉਂਦੇ ਨੇ ਅੱਜ ਇੱਥੇ ਕੰਮੀ ਬਣ ਕੇ ਕੌਣ ਆਇਆ ਨਬੀ ਮਲਾਕਾ ਦਰਵਾਜ਼ੇ ਤੇ ਆ ਕੇ ਦਿਨ ਜ਼ਰਾ ਪੁੱਤਰ ਦੀ ਜ਼ਿਆਰਤ ਤੇ ਕਰਾਓ ਅਲੀ ਆਪਣੇ ਆਪ ਨੂੰ ਚਾਇਆ ਅਲੀ ਆਪਣਾ ਚਿਹਰਾ ਆਪ ਵੇਖਿਆ ਅਲੀ ਆਪਣੀ ਜ਼ਿਆਰਤ ਆਪ ਕੀਤੀ ਮੁਲਤਾਨਾ ਲਿਓ ਅਲੀ ਆਪਣਾ ਮੂੰਹ ਆਪ ਚੁੰਮਿਆ ਆਇਓ ਮੁਲਤਾਨ ਅਲੀ ਆਪਣਾ ਮੂੰਹ ਆਪ ਚੁੰਮਿਆ ਨਬੀ ਆਦਨ ਤਾਰਫ ਕਰਾਓ ਮੱਥਾ ਚੁੰਮ ਕੇ ਲਈ ਪਿਆਦਰੀ ਦੀ ਅੱਖੀਆਂ ਦੇ ਵਿੱਚ ਪੱਜ ਤਲ ਦੀ ਹਕੀਕਤ ਇਹਦੇ ਹੱਥਾਂ ਦੇ ਵਿੱਚ ਕਿਬਰੀਆਈ ਦੀ ਤਾਕਤ ਸ਼ਾਬਾਸ਼ ਨੌਕਰ ਗਾਜ਼ੀ ਦਾ ਹੱਥ ਉੱਚੇ ਹੈ ਦਰੀ ਇਹਦੀ ਅੱਖੀਆਂ ਦੇ ਵਿੱਚ ਹੈ ਪੰਜ ਤਨ ਦੀ ਹਕੀਕਤ ਇਹਦੇ ਹੱਥਾਂ ਦੇ ਵਿੱਚ ਹੈ ਕਿਬਰੀਆਈ ਦੀ ਤਾਕਤ ਆਇਓ ਮੈਂ ਸਦਕੇ ਜਾਵਾਂ ਅਲੀ ਅਲੀ ਦਾ ਤਾਰਫ ਕਰਾਵੇ ਮਾਹੌਲ ਕੈਸਾ ਬਣੇ ਮੌਲੀ ਸਾਹਿਬ ਮੱਥਾ ਚੁੰਮ ਕੇ ਲਈ ਪਿਆ ਨਹੀਂ ਦੀ ਅੱਖੀਆਂ ਦੇ ਵਿੱਚ ਪੰਜ ਤਨ ਦੀ ਹਕੀਕਤ ਇਹਦੇ ਹੱਥਾਂ ਦੇ ਵਿੱਚ ਹੈ ਫਿਰ ਇਹ ਰੱਬ ਦੀ ਵਫਾ ਹੈ ਵਫਾਵਾਂ ਦਾ ਰੱਬ ਹੈ ਕੌਣ ਪਿਆ ਦੇ ਸਾਰੇ ਮਿਹਰਬਾਨੀ ਭਾਈ ਤੁਹਾਡੀ ਕੀ ਬਾਤ ਹੈ ਮਿਲ ਕੇ ਹੱਥ ਉੱਚੇ ਹੈ ਦਰੀ ਮੱਥਾ ਚੁੰਮ ਕੇ ਲਈ ਪਿਆ ਨਹੀਂ ਦੀ ਅੱਖੀਆਂ ਦੇ ਵਿੱਚ ਜੋ ਹੈ ਹਲਾਲੀ ਹੁੰਦਾ ਸਜਦਾ ਹੈ ਮੇਰੇ ਵੇਖਿਆ ਜੀ ਉਹਨਾਂ ਸਜਦਾ ਹੈ ਅੱਬਾਸ ਨੂੰ ਦਲੀਲ ਨਾਲ ਸ਼ੇਰ ਨਾ ਪੜਾ ਫਿਰ ਮੈਂ ਆਇਆ ਕਿਉਂ ਆ ਨਾ ਮੈਂ ਜਾ ਹਾਲਾ ਨਾ ਮੈਂ ਅਨਪੜ ਸ਼ੇਰ ਪੜਨ ਲੱਗਾ ਜਿਗਰ ਸੰਭਾਲੀ ਅੱਲਾ ਕੁਰਾਨ 'ਚ ਵਾਲਦੈਨ ਨੂੰ ਵੀ ਰੱਬ ਆਖਿਆ ਫਿਰ ਅੱਗੋਂ ਅੱਲਾ ਨੇ ਆਖਿਆ ਮੈਂ ਰੱਬਾਂ ਦਾ ਵੀ ਰੱਬ ਆ ਰੱਬ ਰਬਾਬ ਆ ਮੈਂ ਸਾਰਿਆਂ ਤੋਂ ਵੱਡਾ ਰੱਬ ਆ ਅੱਗੋਂ ਆਖਿਆ ਰੱਬ ਦਾ ਮਾਨ ਹੈ ਪਾਲਣੇ ਵਾਲਾ ਮਤਲਬ ਇਹ ਵਾਲਦੈਨ ਛੋਟੇ ਰੱਬ ਰੱਬਾਂ ਦਾ ਰੱਬ ਆਇਓ ਮੈਂ ਸਦਕੇ ਜਾਵਾਂ ਜਿਹਨੂੰ ਰੱਬ ਅੱਜ ਮੈਂ ਸਮਝਾ ਗਿਆ ਮੁਲਤਾਨ ਜਿੱਥੇ ਯਾਦ ਹੈ ਰੱਬ ਦੇ ਨਾਂ ਤੇ ਦੁਆ ਜ਼ਰੂਰ ਕਰ ਸੀ ਰੱਬਾ ਮੈਂ ਰੱਬਾਂ ਦਾ ਰੱਬਾ ਨਬੀਆਂ ਹੱਥ ਬਣ ਕੇ ਕਿ ਸਰਕਾਰ ਥੋੜ੍ਹਾ ਜਿਹਾ ਤਾਰਫ ਹੋਰ ਕਰਾਓ ਥੋੜ੍ਹਾ ਜਿਹਾ ਤਾਰਫ ਜ਼ਿਕਰ ਮੰਗ ਮੈਂ ਦੇਵਾਂ ਮੇਰੀ ਜ਼ਿੰਦਗੀ ਮੰਗ ਮੈਂ ਦੇਵਾਂ ਰੱਬ ਸਮਝੀ ਥੋੜ੍ਹਾ ਜਿਹਾ ਤਾਰਫ ਹੋਰ ਕਰਾਓ ਮੱਥਾ ਚੁੰਮ ਕੇ ਲਈ ਪਿਆ ਇੱਕ ਜੁੰਮਲੇ ਵਿੱਚ
ਜੋ ਖੁਦਾ ਤੂੰ ਸਮਝਦਾ ਹੈ ਓ ਤੇ ਗਾਜ਼ੀ ਦਾ ਰੱਬ ਹੈ। ਅਲੀ ਫਰਮਾਨ ਜੋ ਖੁਦਾ ਤੂੰ ਸਮਝਦੇ ਉਹ ਗਾਜ਼ੀ ਦਾ ਰੱਬ ਹੈ। ਮੱਥਾ ਚੁੰਮ ਕੇ ਲਈ ਪਹਿਲੇ ਇੱਕ ਜੁਮਲੇ ਵਿੱਚ ਅਲੀ ਕੇ ਫਰਮਾ ਰਹੇ ਨੇ ਇਹ ਮੁਹੰਮਦ ਦੀ ਧੀ ਤੇ ਬਣ ਕੇ ਕੁਰਾਨ ਆਇਆ। ਅਲੀ ਪੁੱਤਰ ਦਾ ਤਾਰਫ ਕਰਾ ਰਿਹਾ। ਮੱਥਾ ਚੁੰਮ ਕੇ ਲਈ ਪਹਿਲੇ ਇੱਕ ਜੁਮਲੇ ਵਿੱਚ ਅਲੀ ਫਰਮਾਨ ਜੋ ਖੁਦ ਯਦੁੱਲਾ ਅਲੀ ਉਹ ਚਾਹੁੰਦਾ ਹੈ ਅੱਬਾਸ ਨੂੰ, ਮਤਲਬ ਅੱਲਾ ਦੇ ਹੱਥਾਂ ਵਾਲਾ ਅੱਬਾਸ ਨੂੰ ਚਾਹ ਰਿਹਾ। ਜਿਹੜਾ ਬੰਦਾ ਸਿਰ ਹਿਲਾ ਕੇ ਅੱਬਾਸ ਉਹ ਬਾਦਸ਼ਾਹ ਹੈ ਜਿਹਨੂੰ ਅੱਲਾ ਦੇ ਹੱਥਾਂ ਚ ਆਇਆ। ਆਇਓ ਮੈਂ ਸਦਕੇ ਜਾਵਾਂ, ਅਲੀ ਬਾਦਸ਼ਾਹ ਦਾ ਉਹ ਪੁੱਤਰ ਹੈ ਜਿਹਨੂੰ ਅੱਲਾ ਦੇ ਹੱਥਾਂ ਚ ਆਇਆ। ਜਾਂ ਅੱਲਾ ਦੇ ਹੱਥਾਂ ਦਾ ਇਨਕਾਰ ਕਰ ਲੈ ਜਾਂ ਮੰਨ ਲੈ ਜੋ ਅਲੀ ਹੱਕ ਦਾ ਇਮਾਮ ਹੈ। ਔਰ ਕਾਇਨਾਤ ਚ ਵਾਹਿਦ ਦੋ ਹਸਤੀਆਂ, ਜਾਂ ਅੱਲਾ ਬਗੈਰ ਹੱਥਾਂ ਦੇ ਦਿੰਦੇ ਜਾਂ ਅੱਬਾਸ ਬਗੈਰ ਹੱਥਾਂ ਦੇ ਦਿੰਦੇ। ਮੁਲਤਾਨ ਅਲੀ ਦੀਆਂ ਧੀਆਂ ਰਾਜ਼ੀ ਹੋ ਜਾਣ, ਬੀਬੀ ਪਾਕ ਤੁਹਾਨੂੰ ਸਲਾਮਤ ਰੱਖੇ। ਮਲੰਗ ਨੂੰ ਕਿਸੇ ਆਖਣਾ ਮਲੰਗ, ਵੇਖੋ ਨਾ ਵੇਖੋ ਇੱਥੇ ਢੇਰ ਸਾਰੇ ਮਲੰਗ ਬੈਠੇ ਇੰਜੀਆਂ ਜੀ, ਢੇਰ ਸਾਰੇ ਮਲੰਗ ਮੁੱਕਣੇ 'ਚ ਨਹੀਂ ਆਉਂਦੇ, ਇਤਨੇ ਮਲੰਗ ਮੇਰੇ ਤੋਂ ਪਹਿਲੇ ਵੀ ਮਲੰਗ ਹਨ। ਮਲੰਗ ਮਲੰਗ ਹੁੰਦਾ ਉਹ ਜਿਸ ਰੂਪ ਵਿੱਚ ਹੋਵੇ, ਹੁੰਦਾ ਸ਼ਾਲਾ ਮਲੰਗ ਹੋਵੇ। ਮੈਂ ਠੀਕ ਬਾਤ ਕਰ ਰਿਹਾ ਜੀ, ਇੱਥੇ ਮਲੰਗ ਬੈਠੇ ਨੇ ਬਾਦਸ਼ਾਹ ਸ਼ਾਹ ਸ਼ਮਸ ਦੇ, ਅਸੀਂ ਵੀ ਸਾਰੇ ਮਲੰਗ ਹਾਂ ਬਾਦਸ਼ਾਹ ਦੇ। ਇੰਜੀ ਜਿਹੜਾ ਨਹੀਂ ਉਹ ਨਾ ਬੋਲੇ, ਜਿਹੜਾ ਹੈ ਤੇ ਉਹ ਤਾਂ ਬੋਲੇ ਨਾ ਜੀ। ਅਸੀਂ ਵੀ ਮਲੰਗ ਆ ਬਾਦਸ਼ਾਹ ਸ਼ਾਹ ਸ਼ਮਸ ਦੇ। ਮਲੰਗ ਨੂੰ ਕਿਸੇ ਕਹਾ ਤਿੰਨ ਦੀਨ ਦੁਨੀਆਂ ਦਾ ਪਤਾ ਹੀ, ਮਲੰਗ ਆਖਿਆ ਦੀਨ ਕੌਣ ਹੈ? ਸਕਿਆ ਤਿੰਨ ਦੀਨ ਦੁਨੀਆਂ ਦਾ ਨਹੀਂ ਪਤਾ, ਹੋ ਸਕਿਆ ਦੀਨ ਹੈ ਕੌਣ? ਹੋ ਸਕਿਆ ਮੇਰੀ ਗੱਲ ਸੁਣ, ਕੋਈ ਦੀਨ ਦੁਨੀਆਂ ਦੇ ਬਾਰੇ ਵੀ ਸੋਚ। ਅਲੀ ਹੱਕ ਦੇ ਨਾਰੇ ਨਾ ਮਾਰ, ਹੱਥ ਖੋਲੀ ਭਾਈ। ਮਲੰਗ ਨੂੰ ਜਲਾਲ ਆ ਗਿਆ, ਮਲੰਗ ਪੈਦਾ ਦੀਨ ਸਾਰਾ ਅਲੀ ਸੇ ਮਿਲਾ ਹੈ। ਸੁਣੋ ਜੀ ਦੀਨ ਸਾਰਾ ਅਲੀ ਸੇ ਮਿਲਾ ਹੈ, ਸੁਣੋ ਜੀ ਦੀਨ ਸਾਰਾ ਜ਼ਿੰਦਗੀ ਬਖਸ਼ ਦੀ ਵੋਹੀ ਸਜਦਾ ਅਲੀ ਸੇ ਮਿਲਾ। ਸਜਦਾ ਅਲੀ ਸਾਰਾ ਅਲੀ ਸੇ ਮਿਲਾ। ਮੈਂ ਫਿਰ ਰੁਪਏ ਕਰਾਂਗਾ, ਜਿਹਨੂੰ ਇਹ ਨਹੀਂ ਪਤਾ ਕਿਹੜੇ ਮੌਸਮ ਵਿੱਚ ਕੀ ਖਾਣਾ, ਉਹਨੂੰ ਕੀ ਪਤਾ ਮੈਂ ਕੀ ਆਖਿਆ। ਸਜਦਾ ਅਲੀ ਸੇ ਮਿਲਾ ਸਾਰਾ ਅਲੀ ਜਿਗਰ ਸੰਭਾਲੋ ਸਕੇ। ਮਲੰਗ ਨੂੰ ਆਖਿਆ ਨਮਾਜ਼ ਪੜਿਆ ਕਰ, ਮਲੰਗ ਆਖਿਆ ਕਿਹੜੀ? ਉਹਦਾ ਕਿਹਾ ਪੰਜ ਵਕਤ। ਮਲੰਗ ਆਖਿਆ ਤੂੰ ਪੜ੍ਹਨਾ ਹੈ? ਉਹਦਾ ਕਿਹਾ ਬਿਲਕੁਲ ਪੜ੍ਹ, ਜਿਗਰ ਸੰਭਾਲ। ਜੰਮ ਪਾਸੀ ਜਿਹੜਾ ਹਾਜ਼ਰ ਹੋਇਆ ਉਹਦਾ ਕਿਹਾ ਤੂੰ ਪੜ੍ਹਨਾ ਹੈ? ਮੌਲਵੀ ਆਦਾ ਮੈਂ ਪੰਜ ਵਕਤ ਪੜ੍ਹਨਾ। ਮਲੰਗ ਆਦਾ ਪੜ੍ਹਦਾ ਕਿਉਂ ਹੈ? ਮੌਲਵੀ ਆਦਾ ਅੱਲਾ ਦਾ ਕੁਰਬ ਹਾਸਲ ਹੋਵੇ। ਮਲੰਗ ਨੂੰ ਜਲਾ ਲਾਇਆ, ਮੌਲਵੀ ਦੇ ਪਾਸ ਵੇਖ ਕਦਾ ਇਬਨ ਆਦਾ
ਸਦਾ ਰਹੀ ਹੈ ਕੇ ਅੱਲਾ ਮਿਲੇ ਸਭ ਕੀ ਹਸਰਤ ਰਹੀ ਹੈ ਕੇ ਅੱਲਾ ਮਿਲੇ ਇਨਕੋ ਅੱਲਾ ਅਲੀ ਸੇ ਮਿਲਾ ਹੱਥ ਉੱਚੇ ਮਿਲ ਕੇ ਬੋਲੋ ਹੈ ਦਰੀ ਅਜ਼ਾਨ ਦੇ ਬਾਦ ਨਮਾਜ਼ੀ ਸੈਯਦ ਅਜ਼ਾਨ ਅਜ਼ਾਨ ਦੇ ਬਾਦ ਨਮਾਜ਼ੀ ਸੈਯਦ ਸ਼ਾਮ ਹੋ ਗਈ ਨਾ ਜਾਂ ਅਜ਼ਾਨ ਹੋਣ ਵਾਲੀ ਹੈ ਜਾਂ ਹੋ ਗਈ ਹੈ ਠੀਕ ਹੈ ਲੋਕ ਇਕੱਠੇ ਹੋ ਅਜ਼ਾਦਾਰ ਇਕੱਠੇ ਹੋ ਪਾਨੀਆਂ ਨੇ ਮਜਲਿਸ ਅੱਲਾ ਤੁਹਾਡੀ ਪੂਰੀ ਕਬੂਲ ਫਰਮਾਵੇ ਲਾਈਵ ਮਜਲਿਸ ਚੱਲ ਰਹੀ ਹੈ ਪੂਰੀ ਦੁਨੀਆ ਵਰਲਡ ਵੇਖ ਰਿਹਾ ਜ਼ਰੂਰੀ ਨਹੀਂ ਸਿਰਫ ਸ਼ੀਆ ਹੀ ਸੁਣੇ ਉਹ ਕਨਾਤਾਂ ਤੱਕ ਮੋਮਨ ਖੜੇ ਨੇ ਇਹ ਖੜੇ ਨੇ ਉਹ ਖੜੇ ਨੇ ਬੈਠੇ ਨੇ ਬੰਦੀਆਂ ਦੋ ਸਤਰਾਂ ਮੇਰੀਆਂ ਸਮਝੀ ਜਿਹਦੇ ਘਰ ਛੋਟੀ ਭੈਣ ਹੈ ਜਾਂ ਧੀ ਹੈ ਇਤਨੀ ਹਾਏ ਕਰੀ ਜੋ ਅਲੀ ਦੀ ਧੀ ਰਾਜ਼ੀ ਹੋ ਜਾ ਰੋਣਾ ਨਾ ਰੋਣਾ ਤੇਰੀ ਮਰਜ਼ੀ ਅਜ਼ਾਨ ਦੇ ਬਾਦ ਨਮਾਜ਼ੀ ਸੈਯਦ ਕੀਤਾ ਸ਼ਾਮ ਦੇ ਵਿੱਚ ਐਲਾਨ ਰੋ ਰੋ ਕੇ ਪਿਆ ਦੇ ਮੇਰੀ 4 ਸਾਲਾਂ ਦੀ ਭੈਣ ਆਈ ਜਿਹੜੀ ਮਰ ਗਈ ਵਿੱਚ ਇਹਨਾਂ ਦੇ ਪਰਦੇ ਆਉਣੇ ਇਹਨਾਂ ਦੇ ਪਰਦੇ ਕਰਾ ਹੱਥ ਨਾ ਲੋਕਰ ਆ ਮੇਰੀ 4 ਸਾਲਾਂ ਦੀ ਭੈਣ ਆਈ ਜਿਹੜੀ ਮਰ ਗਈ ਵਿੱਚ ਮੇਰੀ 4 ਸਾਲਾਂ ਦੀ ਭੈਣ ਆਈ ਜਿਹੜੀ ਮਰ ਗਈ ਵਿੱਚ ਜਿੰਦਾਂ ਸ਼ਾਬਾਸ਼ ਸ਼ਾਬਾਸ਼ ਓ ਮੇਰੀ 4 ਸਾਲਾਂ ਦੀ ਭੈਣ ਆਈ ਜਿਹੜੀ ਮਰ ਗਈ ਵਿੱਚ ਕੋਈ ਆਣ ਸ਼ਰੀਕ ਜਨਾਜ਼ਾ ਹੋਵੇ ਮੇਰਾ ਹੋ ਗਿਆ ਬਹੁ ਨੁਕਸਾਨ ਰੋ ਕੇ ਪਿਆ ਦੇ ਉਹਨੂੰ ਕਫਨ ਸਜਾਦ ਪਵਾ ਨਹੀਂ ਸਕੀ ਆਈ ਗਾਲ ਦਾ ਬਹੁ ਆਰਾ ਹਰ ਘਰ ਚੋਲਾ ਦੇ ਅੱਲਾ ਦੀ ਜੀ ਕਰਾਂ ਜੀ ਜੀ ਉਹਨੂੰ ਕਫਨ ਸਜਾਦ ਪਵਾ ਨਹੀਂ ਸਕੀ ਆਈ ਗਾਲ ਦਾ ਬਹੁ ਕਫਨ ਸਜਾਦ ਪਵਾ ਨਹੀਂ ਸਕੀ ਗਾਲ ਦਾ ਅਰਮਾਨ ਸ਼ਾਲਾ ਵਸੋ ਸੋਹਣਾ ਇਸਤਕਬਾਲ ਕੀਤਾ ਚਾਹੇ ਮਈਅਤ ਸਜਾਦ ਮਸੂਮਾ ਦਾ ਅਕਸਰ ਮੇਰੇ ਉਸਤਾਦ ਦੇ ਮੋਹਤਰਮ ਬਾ ਮੁਸ਼ਤਾਕ ਸ਼ਰੀਫ ਬੰਦ ਪੜ੍ਹਦੇ ਮੈਂ ਬਹੁਤ ਘੱਟ ਪੜ੍ਹਿਆ ਲੇਕਿਨ ਅੱਜ ਮੈਨੂੰ ਯਾਦ ਆ ਗਿਆ ਇੰਜ ਦੱਸਿਆ ਹੈ ਉਲਮਾਵਾ ਗਸ ਕੜੀਆਂ ਦੇ ਪਈਆਂ ਚੁੰਮਦੀਆਂ ਹਨ ਅਕਬਰ ਦੀਆਂ ਫੁੱਫੀਆਂ ਬਾਕਰ ਦੇ ਪਿਓ ਦੀ ਤੁਹਾਨੂੰ ਕਿਹੜਾ ਦਰਦ ਸੁਣਾਵਾ ਮੁਲਦਾ ਨਾ ਲਿਓ ਵਦਾ ਪੁੱਛਦਾ ਪਿਓ ਦੇ ਕਾਤਲਾਂ ਤੋਂ ਕਿੱਥ ਬਹਿਣ ਦੀ ਕਬਾਰ ਸ਼ਾਲਾ ਪੁਰਸਾ ਕਬੂਲ ਹੌਸਲਾ ਭਾਈ ਹੌਸਲਾ ਗਰਮੀ ਹੈ ਮਾਰਨਾ ਨਹੀਂ ਜੀ 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 ਵਦਾ ਪੁੱਛਦਾ ਪਿਓ ਦੇ ਕਾਤਲਾਂ ਤੋਂ ਕਿੱਥ ਬਹਿਣ ਦੀ ਕਬਾਰ ਸੁਣ ਰਹੀ ਹੈ ਅਜ਼ਾਨ
ਹੋ ਰਹੀ ਅਜ਼ਾਨ, ਬਚ ਗਈਆਂ ਅਜ਼ਾਨਾਂ। ਨਾ ਬੱਚੀਆਂ ਅਲੀ ਦੀਆਂ ਦਹੀਆਂ, ਮੈਂ ਸਦਕੇ ਸਦਕੇ ਜਾਵਾਂ, ਮੈਂ ਬਿਸਮਿਲਲਾ ਕਰਾਂ। ਤੌਹੀਦ ਬਚ ਗਈ ਅੱਲਾ ਦੀ, ਤੌਹੀਦ ਬਚ ਗਈ ਅੱਲਾ ਦੀ, ਰਿਸਾਲਤ ਬਚ ਗਈ ਪਾਕ ਮੁਹੰਮਦ ਦੀ। ਹਾਏ ਵਿਲਾਇਤ ਬਚ ਗਈ ਮੇਰੇ ਮੁਰਸ਼ਿਦ ਅਲੀ ਦੀ, ਅਤੇ ਰੁੱਲ ਗਈਆਂ ਬਤੂਰ ਦੀਆਂ। ਥੋੜ੍ਹੀ ਹਾਏ ਤੋਂ ਸਦਕੇ ਜਾਵਾਂ। ਰੋਂਦਾ ਬੰਦਾ ਹੋਵੇ ਜਦੋਂ ਨੁਕਸਾਨ ਹੋਵੇ, ਪਰ ਮਜਲਿਸ 'ਚ ਬਹਿ ਕੇ ਜਿਹੜਾ ਅਮੀਰ ਬਣਦਾ ਹੈ, ਮਜਲਿਸ 'ਚ ਰੋਵਾਂ ਤਾਂ ਫਿਰ ਜ਼ਾਕਿਰ ਜ਼ਾਕਿਰ ਹੈ। ਬੰਦਾ ਨਾ ਆਇਆ ਕਰੇ ਮਜਲਿਸ 'ਚ, ਮੈਂ ਇੱਕ ਮਿਸਾਲ ਦਿੰਦਾ। ਮੈਂ ਉਸ ਦਿਨ ਬਾਬਾ ਮੁਸ਼ਤਾਕ ਸ਼ਾਹ ਜੀ ਵੀ ਪੜ੍ਹ ਰਹੇ ਹਨ ਬੂਰੇ ਵਾਲਾ, ਲਾਈਵ ਵੀ ਸ਼ਾਇਦ ਨੈੱਟ 'ਤੇ ਵੀ ਮੌਜੂਦ ਹੋਵੇ। ਮੈਨੂੰ ਇੱਕ ਜੁਮਲਾ ਯਾਦ ਆ ਗਿਆ, ਦੋ ਤਰੇ ਦਿਹਾੜੇ ਪਹਿਲੇ ਮੈਂ ਆ ਰਿਹਾ ਮੋਟਰਵੇ ਤੋਂ ਸਿਲਤ ਹਾਂ, ਅੱਗੇ ਇੱਕ ਐਕਸੀਡੈਂਟ ਹੋ ਗਿਆ। ਉਹ ਪਤਾ ਲੱਗਾ ਜੀ ਜਿਹੜਾ ਐਕਸੀਡੈਂਟ ਹੋਇਆ, ਦੋ ਦਿਨ ਬਾਅਦ ਇਹਦੀ ਸ਼ਾਦੀ ਹੈ, ਉਸ ਜਵਾਨ ਦੀ ਸ਼ਾਦੀ ਹੈ। ਖੜ੍ਹੇ ਹੋ ਗਏ ਅਸੀਂ, ਬਲਕਿ ਦੋ ਤਰੇ ਆਖਿਰ ਅਸੀਂ ਇਕੱਠੇ ਹਾਂ, ਮੇਰੀ ਗੱਡੀ 'ਚ ਮੇਰੇ ਨਾਲ, ਮੈਂ ਡਰਾਈਵਿੰਗ ਕਰ ਰਿਹਾ, ਬਾਜ਼ਰੀਅਤ ਸ਼ਾਹ ਦੇ ਨਾਲ ਬੈਠੇ ਹਨ। ਉਹ ਪਤਾ ਲੱਗਾ ਉਹਦੀ ਸ਼ਾਦੀ ਹੈ, ਉੱਥੇ ਖੜ੍ਹੇ ਹਾਂ ਅਤੇ ਫਿਰ ਇੱਕ ਬੰਦਾ ਰੋਂਦਾ ਆਇਆ ਅਤੇ ਉਹਦੇ ਸਿਰ 'ਤੇ ਭਾਵਾਂ, ਉਹ ਵੱਖਰਾ ਹੀ ਕੋਈ ਵੈਣ ਕਰੇ, ਉਹ ਵੱਖਰਿਆ ਲੱਗਾ। ਉਹਨੂੰ ਪੁੱਛਿਆ, ਪਤਾ ਕਰਵਾਇਆ ਵੀ ਪਤਾ ਕਰੀਏ ਇਹ ਕਿਉਂ ਵੱਖਰਾ ਪਿਆ ਰੋਂਦਾ ਹੈ। ਅਤੇ ਉਸ ਆਖਿਆ, ਉਹਨਾਂ ਨੂੰ ਨਾ ਦੱਸਿਆ ਕਿ ਜਿਹਦੀ ਸ਼ਾਦੀ ਹੈ ਨਾ, ਇਹਦੀ ਭੈਣ ਇਹਦੀ ਸ਼ਾਦੀ ਦਾ ਸਮਾਨ ਲੈਣ ਗਈ ਹੈ ਬਾਜ਼ਾਰ। ਜਦੋਂ ਫਿਰਾ ਦੀ ਮੌਤ ਸੁਣ ਕੇ ਉਹ ਉੱਥੇ ਮਰ ਗਈ ਹੈ, ਫਿਰਾ ਇੱਥੇ ਮਰ ਗਿਆ ਅਤੇ ਭੈਣ ਉੱਥੇ ਮਰ ਗਈ ਹੈ। ਕਦੇ ਬਹਿ ਕੇ ਸੋਚੀਏ ਹੀ ਸ਼ਾਮ ਦੇ ਬਾਜ਼ਾਰ 'ਚ ਸੱਜਾਦ ਦੇ ਸਾਹਮਣੇ ਹੱਥ ਬੰਨ ਕੇ ਦੀਏ, ਰਾਤ ਨਾ ਰੋ ਮੈਂ ਕੋਈ ਕਫਨ ਮੰਗਣਾ ਹੈ। ਸ਼ਾਬਾਸ਼ ਲਾ ਪੁਰਸਕੂਲ ਕਫਨ ਮੰਗੀਂਦਾ ਵਸਦੇ ਫਿਰਾਵਾਂ ਤੋਂ, ਆਇਓ ਮੈਂ ਮਰ ਜਾਵਾਂ। ਮੁਲਤਾਨ ਦੀ ਧਰਤੀ ਹੈ ਤਾਂ ਲਫ਼ਜ਼ ਮੈਂ ਅਗਲਾ ਵੀ ਆਖਾਂ। ਸਜਾਦ ਫਰਮਿੰਦਰ ਮੈਨੂੰ ਰੋਕੇ, ਜਮਾਵਾਂ ਮਹਿਣਾ ਤੁਹਾਡੇ ਹਿੱਸੇ ਦੀ ਸੱਤਰ ਰੋ ਕਿਆ ਕੇ। ਸਜਾਦ ਇੱਕ ਸਵਾਲ ਮੇਰਾ ਯਾਦ ਰੱਖੀ, ਇਸ ਸ਼ਾਮ ਦੇ ਬਾਜ਼ਾਰ 'ਚ ਅਗਰ ਮਰ ਗਈ ਮੈਂ ਤਾਂ ਤੂੰ ਚਾਹ ਲੈ ਸੇ, ਇਹ ਗੱਲ ਮੈਨੂੰ ਦੱਸ ਸਾਡੇ ਹੱਥ ਬੱਧਣ ਅਗਰ ਤੂੰ ਮਰ ਗਿਆ। ਸੱਜਾ ਤੈਨੂੰ ਚੈਸੀ ਕੌਣ, ਤੈਨੂੰ ਦਫ਼ਨ ਕੌਣ ਕਰੇ ਸੀ। ਪਰ ਮੈਂ ਇੱਕ ਲਫ਼ਜ਼ ਆਖਿਆ, ਜੇ ਕਿਸੇ ਨੂੰ ਯਾਦ ਆ ਜਾਏ ਉਹਦੀ ਜ਼ਿੰਦਗੀ ਦਾ ਰੋਣ ਹੈ। ਮੌਲੀ ਸਾਹਿਬ ਇੱਕ ਲਫ਼ਜ਼ ਮੈਂ ਆਖਿਆ ਥੋੜ੍ਹੇ ਦਿਹਾੜੇ ਪਹਿਲੇ, ਜੇ ਮੈਂ ਕਿਸੇ ਨੂੰ ਸਮਝਾ ਸਕਿਆ ਹਾਂ, ਸ਼ਾਮ ਵਿੱਚ ਮੰਜ਼ਲ ਔਖੀ ਬਣ ਗਈ, ਸ਼ਾਮ ਵਿੱਚ ਔਖੀ ਮੰਗ ਬਣ ਗਈ। ਕਿਵੇਂ? ਜਿਹੜਾ ਮੌਤ ਮੰਗਦਾ ਹੀ ਉਹ ਜੀਂਦਾ ਵਲਿਆ, ਅਤੇ ਜਿਹੜੀ ਜ਼ਿੰਦਗੀ ਮੰਗਦੀ ਹੈ ਇਹ ਮਜਲਸੇ ਤੁਸੀਂ ਰੋ ਪਏ ਹੋ। ਹਰ ਵੇਲੇ ਵਹਿਣ ਕਰੇ ਆ, ਆਓ ਮੰਜ਼ਲ ਵਾਲੇ ਪਾਸੇ ਲੈ ਜਾਵਾਂ, ਹਰ ਵੇਲੇ ਵਹਿਣ ਕਰੇ ਆ। ਕਈ ਵੇਲੇ ਆਖਿਆ, ਬਾਬਾ ਤੇਰੇ ਕਾਤਲਾਂ ਦੀਆਂ ਦਹੀਆਂ ਠੰਡਾ ਪਾਣੀ ਪੀਂਦੀਆਂ। ਬਾਬਾ ਮੈਂ ਧੀ ਵੀ ਤੇਰੀ ਅਤੇ ਮੈਂ ਐਡੀ ਗਰੀਬ ਹਾਂ, ਬਾਬਾ ਪਾਣੀ ਮੈਨੂੰ ਨਹੀਂ ਦਿੰਦੇ, ਹੈਵਾਨਾਂ ਨੂੰ ਦਿੰਦੇ। ਮੈਨੂੰ ਯਾਦ ਹੈ ਪਿਛਲੇ ਸਾਲ ਦੀ ਬਾਤ ਹੈ, ਬਾਈ ਇਕਬਾਲ ਸ਼ਾਹ ਮੈਂ ਪੜ੍ਹਿਆ ਸੂਤਰੀਵਾੜ ਤੁਹਾਡੇ, ਉਸ ਵੇਲੇ ਮੈਂ ਹੁਸੈਨ ਦੀ ਧੀ ਦਾ ਇੱਕ ਵਹਿਣ ਪੜਿਆ। ਮੇਰਾ ਦਿਲ ਹੈ ਮੈਂ ਇਹਨਾਂ ਨੂੰ ਸਮਝਾਵਾਂ, ਫਿਰ ਜਿਹੜਾ ਉੱਥੇ ਮੰਦਰ ਆਈ ਵੀ ਮੁਲਤਾਨ ਦੀ ਧਰਤੀ, ਉਹ ਵੀ ਮੁਲਤਾਨ ਆਈ। ਚਲੋ ਮੇਰਾ ਦਿਲ ਹੈ ਅੱਜ ਮੈਂ ਸ਼ਾਹ ਸ਼ਮਸ ਬਾਦਸ਼ਾਹ ਦੀ ਨਗਰੀ 'ਚ ਲਫ਼ਜ਼ ਆਖਾਂ, ਬਾਬਾ ਮੈਂ ਐਡੀ ਗਰੀਬ ਹਾਂ, ਬਾਬਾ ਮੈਂ ਪਾਣੀ ਮੰਗਾਂ ਮੈਨੂੰ ਨਹੀਂ ਦਿੰਦੇ, ਬਾਬਾ ਹੈਵਾਨਾਂ ਨੂੰ ਦਿੰਦੇ। ਅਗਰ ਹੈਵਾਨਾਂ ਨੂੰ ਦਿੰਦੇ ਜਿਹੜਾ ਬਚ ਜਾਵੇ ਫਿਰ ਵੀ ਮੈਨੂੰ ਨਹੀਂ ਦਿੰਦੇ, ਜ਼ਮੀਨ 'ਤੇ ਸੱਟ ਦਿੰਦੇ। ਉਹ ਆਇਆ ਹੀ ਨਹੀਂ ਮਜਲਿਸ ਬਾਬਾ ਮੈਂ ਐਡੀ ਗਰੀਬ ਹਾਂ, ਮੈਂ ਪਾਣੀ ਜਵਾਨੀਆਂ ਮਾਣੋ ਦਹੀਆਂ ਦੇ ਪਰਦੇ ਹੋਣੀ ਬਾਜੀ ਜਵਾਨੀਆਂ ਮਾਣੋ, ਬਾਬਾ ਮੈਂ ਐਡੀ ਗਰੀਬ ਹਾਂ, ਪਾਣੀ ਮੰਗਾਂ ਅਤੇ ਮੈਨੂੰ ਨਹੀਂ ਦਿੰਦੇ, ਜਿਹੜਾ ਬਚ ਜਾਵੇ ਉਹ ਫਿਰ ਮੈਨੂੰ ਨਹੀਂ ਦਿੰਦੇ, ਮੇਰੇ ਸਾਹਮਣੇ ਜ਼ਮੀਨ 'ਤੇ ਸੜ ਛੁੜੇ ਨੇ। ਐਸੇ ਵਹਿਣ ਕਰੇ ਆ ਜਵਾਨੀ ਰਜਮਾਣੇ, ਐਸੇ ਵਹਿਣ ਕਰੇ ਆ ਨਗਰੀ ਹੱਲੇ। ਔਰ ਮੈਂ ਜਿੱਥੇ ਜੁਮਲਾ ਪੜ੍ਹਿਆ ਮੈਂ ਉਹਦਾ ਨਾਂ ਲੈ ਕੇ ਪੜ੍ਹਿਆ, ਅੱਲਾ ਉਹਦੇ ਦਰਜਾਤ ਬੁਲੰਦ ਕਰੇ ਗਜ਼ਨਫਰ ਅਬਾਸ ਗੋਂਦਲ ਸਾਹਿਬ ਦੇ।
ਉਹਨਾਂ ਸਿਆਲਕੋਟ ਮੇਰੇ ਨਾਲ ਜੁਮਲਾ ਪੜਿਆ, ਮੈਂ ਹੀ ਉਹ ਜੁਮਲੇ ਪੇ ਪੜਦਮ ਅਤੇ ਮੇਰੇ ਬਾਅਦ ਉਸ ਪੜ੍ਹਨਾ ਇਹ ਜੁਮਲੇ ਦਾ ਸਵਾਬ ਉਹਨਾਂ ਦੀ ਰੂਹ ਨੂੰ। ਬਾਈ ਜਾਨ ਮੈਂ ਇਹ ਜੁਮਲਾ ਪੜ੍ਹਿਆ ਤਾਂ ਪਿੱਛੋਂ ਰੋਂਦਾ ਨਾ, ਮੇਰਾ ਦਾਮਨ ਪਿਆ ਮੁੜ ਕੇ ਡਿੱਠਾ, ਮੈਂ ਕਿ ਖੈਰ ਤੇ ਰੋਂਦਾ ਬੈਠਾ ਹੋਵੇ, ਮੈਨੂੰ ਉਹਦਾ ਕਿ ਜੁਮਲਾ ਮੇਰਾ ਸੁਣ, ਮੈਂ ਕਿ ਦੱਸੋ। ਪਿੱਛੇ ਮੈਂ ਮੂੰਹ ਕਰ ਲਿਆ ਤਾਂ ਸਕਾ ਥੱਲੇ ਬਹਿ ਜਾ, ਮੈਂ ਥੱਲੇ ਬਹਿ ਗਿਆ, ਉਸ ਮੈਨੂੰ ਜੁਮਲਾ ਦੱਸਿਆ, ਮੈਂ ਆਖਿਆ ਮੈਂ ਪੜ੍ਹ ਹੀ ਨਹੀਂ ਸਕਦਾ, ਮੈਂ ਇੰਝ ਮਿੰਬਰ ਤੋਂ ਜਾ ਆਈ, ਮੈਂ ਲੱਥਾਂ ਤੋਂ ਦਰਵਾਜ਼ੇ ਚੋਂ ਨਿਕਲ ਕੇ ਬਾਹਰ ਚਲਾ ਗਿਆ ਔਰ ਰੋਂਦਾ ਮੇਰੇ ਪਿੱਛੇ ਆ ਗਿਆ, ਮੈਨੂੰ ਤਾਂ ਵਾਪਸ ਆ ਮਿੰਬਰ 'ਤੇ ਜੁਮਲਾ ਤੂੰ ਪੜ੍ਹਨੇ ਕਿਉਂਕਿ ਤੂੰ ਸੈਯਦ ਹੈ, ਮੈਂ ਦੱਸ ਨਹੀਂ ਸਕਦਾ। ਮੈਂ ਕਿ ਦੱਸੋ ਮੈਂ ਜੁਮਲਾ ਮਿੰਬਰ 'ਤੇ ਪੜ੍ਹਿਆ, ਪਤਾ ਨਹੀਂ ਮੇਰੀ ਹਾਲਤ ਕੀ ਹੈ, ਮੈਨੂੰ ਚਾਹ ਕੇ ਕਿਤੇ ਲੈ ਗਏ ਅਤੇ ਮਾਤਮੀਆਂ ਦੀ ਕਿਹੜੀ ਹਾਲਤ ਆਈ। ਮੈਂ ਕਿ ਦੱਸ ਸਕਿਆ ਸ਼ਾਮ ਦੇ ਜ਼ਿੰਦਾ ਆਨੇ 'ਚ ਰੋ ਕਿਆ ਦੀਏ, ਬਾਬਾ ਤੇਰੇ ਕੱਪੜੇ ਅਰਸ਼ਾਂ ਤੋਂ ਆਏ, ਅੱਖੀਂ ਖੋਲ ਅਤੇ ਦੀ ਨਾ ਚੋਲਾ ਬਾਬਾ ਤੂੰ ਜਬਰੀਲ ਦੇ ਪਰਾਂ ਤੇ ਸਮਝਦਾ ਰਹੀ ਹੈ, ਅੱਖੀਂ ਖੋਲ ਮਾਤਮ ਕਰ ਹੁਸੈਨ ਦੀ ਨੀ ਦਾ, ਅਮੀਰ ਬਣ ਕੇ ਸੁਣ ਸੇ ਫਿਰਾਉਣ ਦਾ ਫਾਇਦਾ ਹੀ ਨਹੀਂ। ਹੈਦਰਾਬਾਦ ਮੈਂ ਤੇਰਾ ਨਾਮ ਭਰਾ, ਰੋ ਕਹਿੰਦੀ ਬਾਬਾ ਤੇਰੇ ਕੱਪੜੇ ਅਰਸ਼ਾਂ ਤੋਂ ਆਏ, ਅੱਖੀ ਖੋਲ ਤੇ ਦੀ ਦਾ ਚੋਲਾ ਵੇ, ਬਾਬਾ ਤੂੰ ਜਬਰੀਲ ਦੇ ਪਰਾਂ ਤੇ ਸਮਝਦਾ ਰਹੀ, ਅੱਖੀ ਖੋਲ ਤੇ ਦੀ ਦਾ ਬਿਸਤਰ ਵੇ। ਜਵਾਨੀਆਂ ਮਾਣੇ ਰੋਂਦੀ ਐਸੇ ਵਹਿਣ ਕਰੇ ਆ ਨਗਰੀ ਹੱਲੇ ਆ, ਬਸ ਮੈਂ ਵਕਤ ਦਾ ਨਾ ਕਰਾਂ ਸਫ਼ਰ ਹੀ ਕਰਦਾ ਜਾਵਾਂ, ਹੌਸਲਾ ਕਰਦੇ ਆਓ। ਐਸੇ ਵਹਿਣ ਕਰੇ ਆ ਨਗਰੀ ਹੱਲੇ ਆ, ਸਿਪਾਹੀ ਯਜ਼ੀਦ ਨੂੰ ਆਦੇ ਨੌਕਰੀ ਨਹੀਂ ਕਰਨੀ। ਮੱਝਾ ਤੇ ਇੱਕ ਬੱਚੀ ਰੋਂਦੀ ਏ, ਰੋਂਦੀ ਅੱਧ ਰਾਤ ਵੇਲੇ, ਜਦੋਂ ਉਹ ਰੋਂਦੀ ਇੰਝ ਲੱਗਦੇ ਛੱਤਾਂ ਡੈ ਪੋਸਣ, ਦੀਵਾਰਾਂ ਡੈ ਪੋਸਣ, ਕਿਆਮਤ ਆਵੇ ਸੀ। ਉਹਨੂੰ ਚੁੱਪ ਕਰਾ ਕਰੋ, ਚੁੱਪ ਨਾ ਕੀਤੀ ਨੌਕਰੀ ਨਹੀਂ ਕਰਦੇ। ਸਿਪਾਹੀ ਨੂੰ ਆਉਂਦਾ ਜਾ ਕੈਦੀ ਨੂੰ ਲੈ ਆ, ਆਏ ਸਿਪਾਹੀ ਆਇਸ, ਕੜੀਆਂ ਹਿਲਾਈਆਂ, ਕੜੀ ਤੇ ਕੜੀ ਲੱਗੀ ਹੈ। 72 ਦਾ ਮਾਤਮਦਾਰ ਉੱਠਿਆ, ਰੋ ਕੇ ਪਿਆ ਦਾ ਨਾਂ ਨਹੀਂ ਆਉਂਦਾ, ਕੈਦੀ ਸੜ ਲਵੇ ਆ, ਮੇਰੇ ਡੁੱਖੇ ਹੋਏ ਜ਼ਖਮ ਡੁੱਖਾਏ ਨਹੀਂ, ਸਜਾਦ ਤੈਨੂੰ ਹਾਕਿਮ ਛੱਡਿਆਈ, ਤੁਰਨ ਜੋ ਲੱਗਿਆ ਇਸ ਨਾ ਮੇਰੇ ਵਤਨ ਦੇ ਦਾਦਾਰੋ, ਤੁਰਨ ਲੱਗਾ ਇਸ ਨਾ ਇੱਕ ਕਦਮ ਚਾਇਸ, ਜਾਂ ਪਿੱਛੋਂ ਕਦਮਾਂ ਦੀ ਆ ਹਟਾਈ, ਮੁੜ ਕੇ ਡਿੱਠਾ ਅਤੇ 18 ਫੇਰਾਵਾਂ ਦੀ ਲਾਵਾਰਸ ਬਹਿਣ ਖੜੀ। ਸਜਾਦ ਕਿਨ ਤਿਆਰ ਹੈ ਭੁਫੀ ਅੰਮਨ ਦਰਬਾਰ, ਬੀਬੀ ਅਲੀ ਜਦੋਂ ਦੀ ਮੇਰੀ ਮਾਂ ਦਰਬਾਰ ਚੋਂ ਵੱਲੀ ਹੈ ਨਾ, ਮੈਨੂੰ ਮੁਸਲਮਾਨਾਂ 'ਤੇ ਇਤਬਾਰ ਨਹੀਂ ਰਿਹਾ। ਸਜਾਦ ਏ ਮਰ ਦਿਨ ਧੋਖੇ ਨਾਲ, ਸਜਾਦ ਤੇ ਮੇਰੀ ਗੱਲ ਯਾਦ ਰੱਖੀ, ਮੇਰਾ ਅਕਬਰ ਵੀ ਤੂੰ ਹੈ, ਮੇਰਾ ਹੁਸੈਨ ਵੀ ਤੂੰ ਹੈ, ਮੇਰਾ ਗਾਜ਼ੀ ਵੀ ਤੂੰ ਹੈ। ਸਜਾਦ ਕੇ ਜਨਾ ਜਾ ਭੁਫੀ ਅੰਮਾ, ਮੈਂ ਇਮਾਮ ਹਾਂ, ਮੈਂ ਜਾਣਦਾ ਯਜ਼ੀਦ ਮੇਰਾ ਕਾਤਿਲ ਨਹੀਂ। ਭੁਫੀ ਅੰਮਾ ਬੀਬੀ ਅਦੀ ਮੈਂ ਮਾਂ 'ਤੇ ਹਾਂ ਨਾ, ਤੂੰ ਨਵਲ ਸੇ ਮੈਂ ਦਰਵਾਜ਼ੇ 'ਤੇ ਖੜੀ ਰਸਾਂ, ਹਰ ਬੰਦੇ ਦੇ ਚਿਹਰੇ 'ਤੇ ਮੇਰੀ ਦੀਦ ਦੇ, ਕੁਝ ਬੰਦੇ ਮਜਲੇ 'ਤੇ ਸ਼ਾਮਲ ਨਹੀਂ ਹੋਏ, ਮੇਰਾ ਦਿਲ ਨੇ ਮੈਂ ਸਭ ਨੂੰ ਸ਼ਾਮਲ ਕਰਾਂ ਅਤੇ ਫਿਰ ਮੈਂ ਵਹਿਣ ਕਰਾਂ। ਜ਼ਿੰਦਾ ਨੇ ਚਾਹਨ ਤਾਂ ਕੁੱਤਾ ਉੱਚੀ ਬੋਲਿਆ, ਜਾਣ ਕੇ ਸਜਾਦ ਜਿਹੜੀ ਬੱਚੀ ਰੋਂਦੀ ਹੈ ਕਿਆ ਲੱਗਦੀ ਹੈ। ਰੋ ਕੇ ਪਾਕਰ ਦਾ ਬਾਬਾ ਦੇ ਉੱਥੇ ਕੋਈ ਹਿੱਕ ਰੋਂਦੀ ਹੈ, ਸ਼ਾਬਾਸ਼ ਬਾਈ ਜਨਾ, ਇਹ ਗੱਲ ਸਮਝੀ ਜਨਾ, ਇਹ ਕੀਤੀ ਉੱਥੇ ਕੋਈ ਜਵਾਨੀਆਂ ਮਾਣੇ ਅਲੀ ਦੀਆਂ ਦਹੀਆਂ ਦਾ ਸਦਕਾ, ਆਖਿਆ ਉੱਥੇ ਕੋਈ ਇੱਕ ਆਦਾ ਜਿਹੜੀ ਅੱਧ ਰਾਤ ਵੇਲੇ, ਮੌਲੀ ਸਾਹਿਬ ਆਦਾ ਜਿਹੜੀ ਅੱਧ ਰਾਤ ਵੇਲੇ ਬਾਬਾ ਬਾਬਾ ਕਰਕੇ ਰੋਂਦੀ, ਕਿਆ ਲੱਗਦੀ। ਰੋ ਕਹਿ ਦਿਨ ਮੈਂ ਗਰੀਬ ਦੀ ਭੈਣ, ਜਿਹੜੇ ਬਿਮਾਰ ਹਨ ਸ਼ਿਫਾ ਜਾਬੀ ਦੀ ਦੁਆ ਮੰਗਦੇ ਆ, ਤੇ ਮੈਂ ਲਫਜ਼ਾਦਾ ਵਾਂ, ਮੈਂ ਗਰੀਬ ਦੀ ਭੈਣ ਹੈ। ਉੱਚਾ ਬੋਲ ਕਹਿੰਦੇ ਹੁਣ ਚੁੱਪ ਕਰਾ, ਮੇਰੇ ਸਿਪਾਹੀ ਪਰੇਸ਼ਾਨ ਹੁੰਦੇ ਨੇ, ਮੇਰੇ ਸਿਪਾਹੀ ਨੌਕਰੀ ਤੋਂ ਜਵਾਬ ਦਿੰਦੇ ਨੇ, ਸਾਡੇ ਆਰਾਮ ਵਿੱਚ ਖਲਲ ਆਉਂਦਾ। ਹੁਣ ਚੁੱਪ ਕਰਾ, ਮੇਰਾ ਇਮਾਮ ਦੇ ਮਸ਼ਵਰਾ ਮਨ ਫਿਰ ਨਹੀਂ ਰੋਂਦੀ ਤੇ ਮਸ਼ਵਰਾ ਦਿਨ ਮੇਰੇ ਪਿਓ ਦਾ ਸਰ ਦੇ ਫਿਰ ਨਹੀਂ ਰੋਂਦੀ ਹੈ। ਬਜ਼ੁਰਗਾਂ ਵਾਸਤੇ ਸੱਤਰੇ ਜਵਾਨਾਂ ਦੀ ਮਰਜ਼ੀ ਜਿਵੇਂ ਆਏ ਕਰਨ, ਬਜ਼ੁਰਗ ਜ਼ਰੂਰ ਕਰੇ। ਰੋ ਕਹਿ ਦਿੰਦੇ ਮਸ਼ਵਰਾ ਸਹੀ ਦਾ ਦੇ ਪਿਓ ਦਾ ਸਰ ਦੇ ਨਹੀਂ ਰੋਂਦੀ, ਅੱਧਾ ਗਰੰਟੀ। ਰੋ ਕੇ ਪਿਆ ਦਿਨ ਨਾ ਹੋ ਸੀ, ਮੁਲਤਾਨ ਵਾਲਿਓ ਮੁੱਦਤ ਦੇ ਬਾਅਦ ਮਾਫ਼ੀ ਦਿਆ ਤੇ ਵਹਿਣ ਕਰਾਂ। ਅੱਧਾ ਮਿੰਟ ਮੇਰੇ ਪਾਸੇ ਵੇਖ, ਇਹ ਮੰਦਰ ਸਮਝਾ ਕੇ ਮੈਂ ਵਹਿਣ ਪਿਆ ਕਰਦਾ, ਔਰ ਮੈਂ ਕੋਸ਼ਿਸ਼ ਕਰਸਾਂ ਅੱਜ ਮੁਲਤਾਨ ਦੀ ਧਰਤੀ ਸ਼ਾਹ ਸ਼ਮਸ ਬਾਦਸ਼ਾਹ ਦੀ ਨਗਰੀ 'ਚ ਹੁਣ ਮੇਰਾ ਅਕੀਦਾ ਉਹ ਮੌਜੂਦ ਹਨ, ਕਿਉਂਕਿ ਹੁਸੈਨ ਦੀ ਮਜਲੇ ਸੇ ਮੈਂ ਉਹਨਾਂ ਦੀ ਇਸ ਮੌਜੂਦਗੀ ਬਾਦਸ਼ਾਹ ਅਗਰ ਮੌਜੂਦ ਹੋ ਤਾਂ ਮੈਂ ਤੁਹਾਡੇ ਤੋਂ ਇਜਾਜ਼ਤ ਮੰਗ ਕੇ ਅੱਜ ਮੁਲਤਾਨ ਵਾਲਿਆਂ ਨੂੰ ਹੁਸੈਨ ਦੀ ਧੀ ਦਾ ਇੱਕ ਦੁੱਖ ਦੱਸ ਕੇ ਜਾਣਾ ਹੈ। ਇਨਸ਼ਾਅੱਲਾ ਮੈਂ ਪੜ੍ਹ ਲਵਾਂ ਅਤੇ ਸੁਣ ਲੈਣ। ਆਦਾ ਜਾ ਹੁਸੈਨ ਦਾ ਸਰ ਲਿਆ, ਮੈਨੂੰ ਨਹੀਂ ਪਤਾ ਉਹ ਕਿਵੇਂ ਲੈ ਆਇਆ, ਬਸ ਇਸ ਅੰਦਾਜ਼ ਨਾਲ ਲੈ ਆਇਆ ਜੋ ਪੁੱਤਰ ਕੋਲੋਂ ਪਿਓ ਦੇ ਸਰ ਦਾ ਆਵਣ ਬਰਦਾਸ਼ਤ ਨਾ ਹੋਇਆ, ਭਾਵੇਂ ਜੋ ਕੜੀਆਂ ਲੱਗੀਆਂ ਹੱਥ ਵਧਾ ਕੇ ਦੇ, ਤੈਨੂੰ ਕਿਹੜਾ ਪਤਾ ਇਹਨੂੰ ਕਿਵੇਂ ਚਾਵਣਾ ਹੀ। ਮੈਂ ਆਪ ਜਾਵਾਂ ਇਹਦੇ ਇੱਕ ਵਾਰ ਟੁੱਟਦਾ, ਇਹਦੀ ਮਾਂ ਸਾਰਾ ਸਾਰਾ ਦਿਨ ਆਉਂਦੀ ਹੈ।
ਮੁਲਤਾਨ ਵਾਲਿਓ ਰੁਕਾਂ ਤੇ ਫਿਰ ਤੇਰੇ ਸੁਣਨ ਦੀ ਤੋਹੀਨ ਹੈ, ਸਮਝਾਵਾਂ ਤੇ ਫਿਰ ਵੀ ਤੇਰੇ ਸੁਣਨ ਦੀ ਤੋਹੀਨ ਹੈ। ਹੁਸੈਨ ਦੇ ਸਰ ਦੀ ਹਾਲਤ ਕਿਆ ਹੈ? ਸੱਜੇ ਦੀਆਂ ਜ਼ੁਲਫਾਂ ਖੱਬੇ, ਖੱਬੇ ਦੀਆਂ ਸੱਜੇ, ਦਾੜੀ ਤੇ ਅਕਬਰ ਤੇ ਅਸਗਰ ਦਾ ਖੂਨ, ਚਿਹਰੇ ਤੇ ਕਰਬਲਾ ਦੀ ਧੂੜ, ਅਬਰੂ ਕੱਟੇ ਹੋਏ, ਹੋਠ ਜ਼ਖਮੀ, ਗਾਜ਼ੀ ਦੇ ਕੱਟੇ ਬਾਦਵਾਂ ਦੀ ਕਸਮ ਹੈ। ਜੇ ਕੋ ਸੁਣੀ ਬੈਠਾ ਹੋਵੇ ਤੇ ਮੈਂ ਲਫ਼ਜ਼ ਆਖਾਂ ਤੇ ਇੱਕ ਹੀ ਲਫ਼ਜ਼ ਕਾਫੀ ਹੈ, ਕੁਰਾਨ ਦੀ ਜਿਲਦ ਫਟੀ ਹੋਈ। ਹੁਸੈਨ ਦੇ ਪੁੱਤਰ ਨਾ ਬਾਬਾ, ਆਪਣੀ ਆਵਾਜ਼ ਦੇ ਦਮਨ ਨਾਲ ਚਿਹਰੇ ਤੋਂ ਧੂੜ ਸਾਫ਼ ਛੁੱਟ ਗਈ। ਬਾਬਾ ਅੱਖਾਂ ਖੋਲ, ਬਾਬਾ ਖੋਲ ਅੱਖਾਂ, ਮੈਂ ਸਜਾਦ ਆ। ਉਹ ਮੇਰਾ ਕਿਸੇ ਨੂੰ ਕੁਝ ਨਾ ਆਖਣ ਵਾਲਾ ਬਾਬਾ, ਇੰਜ ਕਰਕੇ ਡਿੱਠਾ, ਸਜਾਦ ਦੇ ਸਜਾਦ, ਤੇਰੀ ਦਾੜੀ ਚਿੱਟੀ ਸਜਾਦ, ਤੇਰੀ ਕਮਰ ਝੁੱਕ ਬਾਬਾ। ਮੈਂ ਬਾਬਾ ਤੁਹਾਡੀ ਵੀ ਕਮਰ ਝੁੱਕੀ, ਤੁਹਾਡੀ ਵੀ ਦਾੜੀ ਚਿੱਟੀ ਸਜਾਦ। ਮੈਂ ਤੇ ਅਕਬਰ 'ਚ ਆਇਆ, ਮੈਂ ਅੱਬਾਸ 'ਚ ਆਇਆ, ਮੈਂ ਕਾਸਮ ਦੇ ਟੁਕੜੇ ਚੁਣੇ। ਬਾਬਾ ਕਰਬਲਾ ਦੇ ਮੈਦਾਨ ਪੁੱਤਰ ਦੇ ਸੀਨੇ 'ਚੋਂ ਬਰਛੀ ਦਾ ਫਲ ਕੱਢਣਾ ਸੌਖਾ ਹੈ, ਫੁੱਫੀਆਂ ਨਾਲ ਕਦੇ ਉਸ ਬਾਜ਼ਾਰ, ਕਦੇ ਉਸ ਬਾਜ਼ਾਰ। ਅਜੇ ਬਾਬਾ ਲੋਕ ਪੱਥਰ ਮਾਰ ਕੇ, ਪੱਥਰ ਮਾਰੋ ਬਾਗੀ ਦੀਆਂ ਭੈਣ ਮਾਤਮ ਕਰਨਾ। ਯਜ਼ੀਦ ਪਰੇਸ਼ਾਨ ਨਾ ਹੋ, ਮੈਂ ਵਾਅਦਾ ਕਰਦਾ ਬੱਚੀ ਨਹੀਂ ਰੋਂਦੀ। ਆਦੇ ਤੂੰ ਕਿਵੇਂ ਆਖ ਸਕਦਾ? ਮੈਂ ਆਦੇ ਪਿਓ ਤੇ ਧੀ ਦਾ ਪਿਆਰ ਡਿੱਠਾ ਆਈ। ਆਦੇ ਕਿੱਥੇ ਡਿੱਠਈ? ਆਦੇ ਕਰਬਲਾ ਦੇ ਕਿਆ ਡਿੱਠਈ? ਆਦੇ ਵੇਦਾਰੀਆਂ ਪਿਓ ਖੇਮੇ, ਬੱਚੀ ਨਾਲ ਖੇਮੇ। ਆਦੇ ਪਿਓ ਮੈਦਾਨ ਚ, ਬੱਚੀ ਮੈਦਾਨ ਚ। ਆਦੇ ਪਿਓ ਅਕਬਰ ਚ ਆਇਆ, ਧੀ ਨਾਲ ਚਵਾਇਆ। ਪਿਓ ਗਾਜ਼ੀ ਚ ਆਇਆ, ਧੀ ਨਾਲ ਚਵਾਇਆ। ਪਿਓ ਕਾਸਮ ਚੁਣਿਆ, ਧੀ ਨਾਲ ਚੁਣਵਾਇਆ। ਕਿਹੜਾ ਸ਼ੀ ਹੈ ਜਿਹੜਾ ਤੇ ਮੈਂ ਹਲਕੇ ਦਾ ਮਾਤਮੀ ਆ, ਮੈਂ ਮਾਤਮ ਨਹੀਂ ਕਰ ਸਕਿਆ। ਆਦੇ ਇੱਕ ਵੇਲਾ ਹੀ ਉਹ ਜਾਏ ਜਿਹੜਾ ਮੈਨੂੰ ਬੱਚੀ ਨਜ਼ਰ ਨਹੀਂ ਆਈ। ਆਦੇ ਕਿਹੜਾ ਵੇਲਾ? ਆਦੇ ਜਦੋਂ ਹੁਸੈਨ ਆਖਿਆ ਅੱਲਾ ਹੁਣ ਮੈਂ ਗਰੀਬ ਆ। ਆਦੇ ਮੈਂ ਆਖਿਆ ਜਾਂ ਮਰ ਗਈ ਹੈ ਜਾਂ ਸਮ ਗਈ। ਆਦੇ ਗੁਰਬਤ ਦਾ ਹੱਕ ਨਹੀਂ ਮੁੱਕਾ, ਪੈਰ ਆ ਕੇ ਪਈਆ ਜੀ ਬਾਬਾ ਗਰੀਬ ਲਾ ਸੜਾ, ਅੱਖਾਂ ਖੋਲ ਤੇਰੀ ਧੀ ਮਿਲਣ ਆਈ। ਬੋਲੋ ਹੱਥ ਨਮਨ, ਯਾ ਤੇ ਦੱਸੋ ਸਾਰੇ ਮਾਤਮੀ ਮੈਂ ਪੜਾਂ ਤੇ ਉਂਜ ਪੜਾਂ ਜਿਵੇਂ ਹੁਸੈਨ ਦੀ ਧੀ ਦਾ ਦੁੱਖ। ਕੋਈ ਮਰਦੇ ਮਰ ਜਾਏ, ਪਤਾ ਨੀ ਮੇਰੀ ਜਾਂ ਤੇਰੀ ਅੱਜ ਆਖਰੀ ਹੋਵੇ, ਜਿਗਰ ਸੰਭਾਲ ਮੈਂ ਸਦਰ ਬਣਾ। ਆਦੇ ਖੇਮੇ ਚੋਂ ਬਾਹਰ ਆਈ, ਘੋੜੇ ਨਾਲ ਘੋੜਾ, ਸੁਮ ਨਾਲ ਸੁਮ। ਆਦੇ ਪਿਓ ਨੂੰ ਮਿਲਣ ਤੁਰੀ ਆਈ। ਆਦੇ ਹੈਵਾਨਾਂ ਦੇ ਸਾਹਮਣੇ ਹੁਸੈਨ ਦੀ ਧੀ ਕੰਬਦੇ ਹੱਥ ਬੰਨੇ, ਨਿੱਕੇ ਨਿੱਕੇ ਹੱਥ ਬੰਨ ਕੇ ਕਹਿੰਦੀ ਆ, ਰਾਹ ਦਿਓ ਮੈਂ ਸੱਯਦ ਜ਼ਾਦੀ ਆ, ਰਾਹ ਦਿਓ ਮੈਂ ਹੁਸੈਨ ਦੀ ਧੀ ਆ। ਬੰਦਾ ਸ਼ੀਆਂ ਤੇ ਸ਼ੀਆਂ ਦੇ ਘਰ ਜੰਮ ਕੇ ਮਾਤਮ ਨਹੀਂ ਕੀਤਾ। ਆਦੇ ਹੈਵਾਨ ਮੁੱਕ ਗਏ, ਇਨਸਾਨ ਆ ਗਏ। ਬੱਚੀ ਇੱਕ ਬੇਗਰਤ ਨੂੰ ਆਦੀ ਆ, ਯਾ ਸ਼ੇਖ ਹਾਲ ਰਹਿ ਤੇ ਅਬੀ ਕੀਤਾ ਹੀ ਮੇਰਾ ਬਾਬਾ ਡਿੱਠਾ। ਕੁੱਤਾ ਦੇ ਤੇਰੇ ਬਾਬੇ ਦਾ ਨਾਮ ਬੀਬੀ ਆਉਂਦੀ ਹੈ ਹੁਸੈਨ, ਮੁਲਤਾਨ ਵਾਲਿਓ ਹੁਸੈਨ ਦਾ ਨਾਮ ਹੈ। ਇਸ ਬੇਗਰਤ ਖੱਬੇ ਹੱਥ ਨਾਲ ਜ਼ੁਲਫਾਂ ਪੀਆ, ਹੁਸੈਨ ਦੀ ਧੀ ਦੇ ਮੂੰਹ ਤੇ ਤਮਾਚਾ ਮਾਰਿਆ, ਤਬੀਰ ਤੇ ਝੜ ਪਈ ਹੈ, ਰੋ ਕੇ ਪਈ ਆਉਂਦੀ ਹੈ ਮਾਰ ਦਾ ਲਿਆ। ਹੌਸਲਾ ਭਾਈ, ਮੈਂ ਪਹਿਲੇ ਆਖਿਆ ਮਾਤਮੀ ਹੌਸਲਾ ਯਾਰ ਰੱਖੋ, ਯਾਰ ਰੱਖੋ, ਕੰਟਰੋਲ ਰੱਖੋ, ਹੌਸਲਾ ਰੱਖਸੇ ਤੇ ਮੈਂ ਪੜ੍ਹਸਾਂ। ਧੀਆਂ ਦੇ ਪੜ੍ਹਦੇ ਹੋ ਨਹੀਂ, ਹੌਸਲਾ ਰੱਖਸੇ ਤੇ ਮੈਂ ਪੜ੍ਹਸਾਂ। ਆਦੇ ਖੇਮੇ ਚੋਂ ਬਾਹਰ ਆਈ, ਬੱਚੀ ਨੂੰ ਤਮਾਚਾ ਲੱਗਾ। ਮਾਫ਼ੀ ਦੇ ਜਿਸ ਜੁਮਲੇ ਦੀ ਰਮਜ਼ੀ ਆ, 70 ਅੱਖਾਂ ਬਜ਼ੁਰਗੋ। ਆਦੇ ਤਮਾਚਾ ਲੱਗਾ, ਤਮਾਚੇ ਦੇ ਬਾਅਦ ਝਣੀ ਆਪੇ ਉੱਠੀ। ਓ ਮੈਂ ਸਦਕੇ ਜਿਹਦੇ ਘਰ ਚ ਔਲਾਦ ਨੂੰ ਸਮਝ ਆਈਏ, ਬੱਚਾ ਝੜ ਪਵੇ ਤੇ ਵੱਡੇ ਦੌੜਦੇ ਚਾਵਣ ਵਾਸਤੇ। ਹੁਸੈਨ ਦੀ ਧੀ ਆਦੇ ਝਣੀ ਵੀ ਆਪ, ਉੱਠੀ ਵੀ ਆਪ, ਆਪਣੀ ਛੋਟੀ ਜਿਹੀ ਚਾਦਰ ਨਾਲ ਆਪਣੇ ਚਿਹਰੇ ਤੋਂ ਆਪ ਧੂੜ ਸਾਫ਼ ਕੀਤੀ। ਰੋ ਕੇ ਪਈ, ਤੂੰ ਜਾਣਦਾ ਹੈ ਮੇਰੇ ਛੁਡਾਉਣ ਵਾਲਾ ਕੋਈ ਨਹੀਂ, ਤੂੰ ਮਾਰਿਆ ਹੈ ਮੈਂ ਤੈਨੂੰ ਕੁਝ ਨਹੀਂ ਆਦੀ, ਕਿਉਂਕਿ ਤੂੰ ਜਾਣਦਾ ਹੈ ਮੇਰੇ ਮਾਣ ਮੁੱਕ ਗਏ। ਹੁਸੈਨ ਦੀ ਧੀ ਦਾ ਕਲਾਮ ਹੈ। ਅਦੇ ਅਸੀਂ ਜਿਹੜੀ ਗੱਲ ਮੈਂ ਉੱਥੇ ਡਿੱਠੀ ਆਈ, ਮੈਂ ਡਿੱਠੇ ਹੈਵਾਨ ਰੋਂਦੇ, ਥੋੜ੍ਹਾ ਅਰਸਾ ਪਿਓ ਤੋਂ ਬਗੈਰ ਗੁਜ਼ਾਰਾ ਨਹੀਂ ਕਰ ਸਕਦੀ, ਅੱਜ ਤੇ ਅਰਸਾ ਹੀ ਬੜਾ ਗੁਜ਼ਰ ਗਈ ਹੈ।
ਅੱਜ ਪਿਓ ਮਿਲਣ ਪਵੇ ਨਹੀਂ ਅੱਜ ਨਹੀਂ ਬਚਦੀ। ਇਮਾਮ ਸਰ ਲੈ ਕੇ ਤੁਰਿਆ ਥੋੜੀ ਦੂਰ ਗਿਆ ਜਾ ਕਮੀਨਾ ਉੱਚੀ ਬੋਲ ਕੇ ਦੇ ਸੱਜਾਦ ਅਗਰ ਇਹ ਸਰ ਨੂੰ ਕਿਸੇ ਹੋਰ ਬੀਬੀ ਹੱਥ ਲਾਇਆ ਮੈਂ ਤੇਰੀ ਕਣ ਤੇ ਜ਼ੁਲਮ ਕਰੇ ਸਾਂ। ਤੇਰੇ ਮਿੰਟ ਮੇਰੇ ਪਾਸੇ ਵੇਖ ਮੈਂ ਤੈਨੂੰ ਮੋਢਾ ਹੁਸੈਨ ਦੀ ਰੀਹ ਦਾ ਸੁਣਾਵਾਂ। ਮੈਨੂੰ ਗਾਜ਼ੀ ਦੇ ਕੱਟੇ ਬਾਜ਼ੂਆਂ ਦੀ ਕਸਮ ਮੈਂ ਉਸ ਬੰਦੇ ਨੂੰ ਸ਼ੀਆ ਨਹੀਂ ਮੰਨਦਾ ਜਿਹਦੇ ਘਰ ਚੌਲਾਦ ਹੋਵੇ ਬੰਦਾ ਹੁਸੈਨ ਦੀ ਰੀਹ ਦੇ ਦੁੱਖਾਂ ਤੇ ਆਏ ਨਾ ਕਰੇ। ਮੇਰਾ ਇਮਾਮ ਸਰ ਲੈ ਕੇ ਤੁਰਿਆ ਮੁਲਤਾਨ ਲਿਓ ਜ਼ਿੰਦਾਨ ਦੇ ਦਰਵਾਜ਼ੇ ਤੇ ਆਇਆ। ਕੋਈ ਬੀਬੀ ਉੱਠੀ ਬਿਸਮਿਲਲਾ ਮੇਰੇ ਵੀਰ ਦਾ ਸਰ ਮੈਨੂੰ ਦੇ। ਕੋਈ ਆਦੀ ਮੇਰੇ ਸਰ ਹੁਣ ਮੈਂ ਰੁਕਦਾ ਨਹੀਂ ਮੇਰੇ ਸਰਦਾਰ ਦਾ ਸਰ ਮੈਨੂੰ ਦੇ। ਬਾਕਰ ਦਾ ਬਾਬਾ ਤੇ ਸੋਚ ਕੇ ਸਰ ਚਵੇ ਮੇਰੀ ਕਣ ਜ਼ਖਮੀ ਹੈ ਕਿੱਥੇ ਮੇਰੀ ਮਾਸੂਮਾ ਦੀਵਾਰ ਨਾਲ ਮਾਸੂਮਾ ਜਲਦੀ ਆ ਬਾਬਾ ਮਿਲਣ ਆਈ। ਆਦਾ ਇਸ਼ਾਰਾ ਕਰਕੇ ਦੀਏ ਬਿਸਮਿਲਲਾ ਅੱਜ ਗਰੀਬਾਂ ਦੀ ਯਾਦ ਕਿਵੇਂ ਆ ਗਈ ਹੈ ਜਿੱਥੇ ਬੈਠੀ ਉੱਥੇ ਜ਼ਮੀਨ ਤੇ ਲੇਟ ਗਈ ਹੈ। ਸਰਕਾਰ ਸ਼ਾਹ ਸ਼ਮਤ ਮੈਨੂੰ ਤਾਕਤ ਦੇ ਮੈਂ ਤੇਰੇ ਮਾਤਮੀਆਂ ਨੂੰ ਸਮਝਾਵਾਂ। ਗਾਜ਼ੀ ਦੀ ਕਸਮ ਹੈ ਪਿਓ ਦਾ ਸਰ ਸੀਨੇ ਤੇ ਰੱਖਿਆ ਆਦੀਏ ਬਾਬਾ ਵਕਤ ਵਕਤ ਦੀ ਗੱਲ ਅੱਜ ਤੇਰੇ ਉਧਾਰ ਲਹਾਵਾਂ ਸਕੀਨਾ ਕਿਹੜੇ ਉਧਾਰ ਅੱਜ ਆ ਕੇ ਮੈਂ ਤੇਰੇ ਸੀਨੇ ਤੇ ਸਮਦੀ ਆ ਮਜ ਤੂੰ ਮੇਰੇ ਸੀਨੇ ਤੇ ਸਮ। ਮੁਲਤਾਨ ਲਿਓ ਪਿਓ ਦਾ ਸਰ ਸੀਨੇ ਤੇ ਰੱਖਿਆ ਆਦੀਏ ਬਾਬਾ ਅੱਜ ਦੁੱਖ ਦੱਸਾਂ ਦੱਸ ਮਸੂਮਾ ਆਦੀਏ ਬਾਬਾ ਤੇਰੇ ਟੁਰਨ ਦੀ ਦੇਰ ਆਈ ਵੱਖਰੇ ਉੱਠ ਨਾਲ ਬਲ ਛੋੜਿਆ ਆਦੀਏ ਬਾਬਾ ਉੱਠ ਦੇ ਬਹਾਨੇ ਮੈਨੂੰ ਤਾਜ਼ੀਆਨੇ ਮਾਰੇ ਆਦੀਏ ਬਾਬਾ ਤਾਜ਼ੀਆਨੇ ਲੱਗਦੇ ਰਹੇ ਆਦੀਏ ਬਾਬਾ ਸ਼ਾਮ ਦੇ ਹੌਸਲਾ ਕਰੋ ਤੇ ਬੜਾ ਹੌਸਲਾ ਕਰੋ ਤੇ ਬੜਾ ਆਦੀਏ ਬਾਬਾ ਸ਼ਾਮ ਦੇ ਬਾਜ਼ਾਰ ਚੋਂ ਲੱਗਦੀ ਪਈ ਆ ਤਰੇ ਬੱਚੀਆਂ ਮਕਾਨ ਦੀ ਛੱਤ ਖੜੀਆਂ ਇੱਕ ਬੱਚੀ ਹੈ ਨਾ ਬੜਾ ਬੋਲੋ ਲੱਭੋ ਯਾਰ ਇਹਨੂੰ ਨਹੀਂ ਪੜਦਾ ਬੋਲੋ ਬੋਲੋ ਇਹ ਸਾਹਮਣੇ ਲਿਖਿਆ ਇਮਾਮ ਅਲੀ ਇਹ ਸਾਹਮਣੇ ਰੋਜ਼ਾ ਇੱਕ ਵਾਰੀ ਵੇਖੋ ਤੇ ਤੈਨੂੰ ਮੌਤ ਸੁਣਾਵਾ ਰੋਕੇ ਹੀ ਨਾ ਫਿਰ ਮੈਂ ਲੁਕਾਵਾਂ ਨਹੀਂ ਜੇ ਮੈਨੂੰ ਰੋਕੇ ਹੀ ਤੈਨੂੰ ਤਕਲੀਫ ਦੇ ਕੇ ਜ਼ਰੂਰ ਜਾਵਾਂ ਕਮ ਅਜ਼ ਕਮ ਤੂੰ ਬਿਸਤਰ ਤੇ ਰੋਵੇਂ ਇਹ ਸਾਹਮਣੇ ਮੇਰੇ ਮੌਲਾ ਦਾ ਰੋਜ਼ਾ ਹੈ ਉਹ ਸਾਹਮਣੇ ਵੀ ਸ਼ਬੀ ਬਣੀ ਹੋਈ ਮੇਰਾ ਰੋਜ਼ਿਆਂ ਤੇ ਹੱਥੇ ਮੌਲਾ ਦੇ ਨਾਂ ਲਿਖੇ ਹੋਏ ਮੇਰਾ ਨਾਮ ਤੇ ਹੱਥ ਹੈ ਗਲਤ ਬਿਆਨ ਨਹੀਂ ਕਰਾਂ ਮੈਂ ਮੌਲਾ ਦਾ ਮੁਜਰਮ ਆ ਹਰ ਬੰਦਾ ਮਾਤਮ ਨਾ ਕਰੇ ਤੂੰ ਜਾਣ ਮੇਰਾ ਅੱਲਾ ਜਾਣੇ ਆਦੀਏ ਬਾਬਾ ਸ਼ਾਮ ਦੇ ਬਾਜ਼ਾਰ ਚੋਂ ਲੱਗਦੀ ਪਈਆਂ ਤਰੇ ਬੱਚੀਆਂ ਮਕਾਨ ਦੀ ਛੱਤ ਖੜੀਆਂ ਇੱਕ ਬੱਚੀ ਅਕਲ ਮਾਰ ਕੇ ਦੀ ਕਹਿ ਜਾਣ ਤੇਰਾ ਮੈਲਾ ਲਿਬਾਸ ਹੈ ਰੁਕ ਜਾ ਮੇਰੀ ਮਾਂ ਨੇ ਸਦਕੇ ਦੇ ਕੱਪੜੇ ਬਣਾਏ ਰੁਕ ਜਾ ਮੈਂ ਤੈਨੂੰ ਕੱਪੜੇ ਦੇਵਾਂ ਮੈਂ ਆਦੀ ਰਹੀਆਂ ਆਸਾਂ ਸਹੀਆਂ ਦਾ ਹੌਸਲਾ ਕਰਨਾ ਹੌਸਲਾ ਕਰਨਾ ਹੌਸਲਾ ਕਰ ਹੌਸਲਾ ਕਰ ਤੇ ਬਣਾ ਨਾ ਪਿਆਰ ਇਸ ਨੂੰ ਬੋਲੋ ਹਲਕੇ ਦੇ ਮਾਤਮੀ ਹੱਥ ਖੜਾ ਕਰੋ ਜਿਤਨੇ ਹਲਕੇ ਦੇ ਮਾਤਮੀ ਹੱਥ ਖੜਾ ਕਰੋ ਬੱਚੇ ਨਾ ਪੋ ਵੀ ਬੱਚਾ ਵੀ ਮੂੰਹ ਦਾ ਪੁਰਸਾ ਮੈਨੂੰ ਹੌਸਲਾ ਹਲਕੇ ਦੇ ਮਾਤਮੀ ਹੱਥ ਖੜਾ ਕਰੋ ਮਾਸ਼ਾਅੱਲਾ ਜਿੱਥੇ ਜਿੱਥੇ ਮੇਰੀ ਦੀਦ ਹੈ ਜਿੱਥੇ ਹਲਕੇ ਦਾ ਮਾਤਮੀ ਹੱਥ ਖੜਾ ਕਰੇ ਬੜਾ ਮੌਤ ਬਈ ਬੜਾ ਮੌਤ ਬੋਲੋ ਹੁਣ ਵਾਸਤੇ ਹੀ ਹੁਸੈਨ ਦਾ ਸਰ ਚਾ ਅੱਜ ਬਾਬਾ ਤੇਰੀਆਂ ਬਹਿਣਾ ਖੜੀਆਂ ਅੱਜ ਬਾਬਾ ਤੇਰੀਆਂ ਧੀਆਂ ਖੜੀਆਂ ਸੱਜਾਦ ਨੂੰ ਨਹੀਂ ਦੱਸਿਆ ਅੱਜ ਬਈ ਦੱਸਿਆ ਜਿਵੇਂ ਤੇਰੀ ਮਾਂ ਦੀਆਂ ਪਸਲੀਆਂ ਦੁੱਟੀਆਂ ਅੱਖਾਂ ਖੋਲ ਮੇਰੀਆਂ ਪਸਲੀਆਂ ਨੂੰ ਬੋਲੋ ਪੜਾ ਜੀ ਬਜ਼ੁਰਗਾਂ ਦੇ ਕਵੈਣ ਫਿਰ ਯਾਦ ਆ ਗਏ ਮੇਰੀ ਸੈਣ ਦਾ ਰੂਪ ਪਰਵਾਦ ਕਰ ਗਏ ਆਵਾਜ਼ ਹੀ ਮਾਸੂਮਾ ਕਿਵੇਂ ਪਈ ਨਿਭਦੀ ਆਈ ਰੋ ਰੋ ਕੇ ਪਈ ਆ ਦੀਏ ਧੀ ਰੁੱਲ ਗਈ ਆਈ ਵਿੱਚ ਜਗਲਾ ਦੇ ਇਸਬਤ ਦਾ ਪਾਕ ਨਗੀਨਾ ਮੈਨੂੰ